ਅਮੇਜ਼ਿੰਗ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਅਮਨ ਚੌੜ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਆਪਣਾ ਪਿਆਰਾ ਜਿਹਾ ਪ੍ਰੋਗਰਾਮ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ। ਤੁਹਾਨੂੰ ਪਤਾ ਹੈ ਖੱਟੀਆਂ ਮਿੱਠੀਆਂ ਯਾਦਾਂ ਦੇ ਵਿੱਚ ਅਸੀਂ ਤੁਹਾਡੀ ਨਜ਼ਰ, ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਕਿਸੇ ਫਨਕਾਰ, ਕਿਸੇ ਅਦਾਕਾਰ ਦੇ, ਕਿਸੇ ਕਲਾਕਾਰ ਦੇ ਨਾਲ। ਅਤੇ ਅੱਜ ਮੇਰੇ ਨਾਲ ਇਹ ਪੰਜਾਬ ਦੀ ਬਹੁਤ ਹੀ ਖੂਬਸੂਰਤ ਮੁਟਿਆਰ, ਬਹੁਤ ਪਿਆਰੀ ਜਿਹੀ ਅਦਾਕਾਰਾ ਜਿਨ੍ਹਾਂ ਦਾ ਨਾਮ ਹੈ ਸਿਮਰਨ ਸਹਿਜਪਾਲ। ਇੱਕ ਡਾਇਲੋਗ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਸਾਗ ਤਾਂ ਮੈਂ ਠੰਡਾ ਵੀ ਖਾ ਲਊਂ ਪਰ ਤੂੰ ਤੱਤੀ ਰਹੀਂ। ਸੋ ਉਸ ਡਾਇਲੋਗ ਜਿਨ੍ਹਾਂ ਦੇ ਕਾਰਨ ਵਾਇਰਲ ਹੋਇਆ ਸੀ, ਉਹ ਕਲਿੱਪ ਇੰਨਾ ਜ਼ਿਆਦਾ ਵਾਇਰਲ ਹੋਇਆ ਸੀ। ਸੋ ਮਿਲਦੇ ਹਾਂ ਮੈਡਮ ਸਹਿਜਪਾਲ ਨੂੰ ਔਰ ਕਰਦੇ ਹਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਸੋ ਥੈਂਕ ਯੂ ਸੋ ਮੱਚ। ਔਰ ਬਹੁਤ ਪਿਆਰੇ ਲੱਗ ਰਹੇ ਹੋ ਤੁਸੀਂ ਅੱਜ, ਬਹੁਤ ਸੋਹਣੇ ਲੱਗ ਰਹੇ। ਥੈਂਕ ਯੂ ਸੋ ਮੱਚ ਜੀ। ਮੈਮ ਤੁਹਾਡਾ ਨਾਮ ਸਿਮਰਨ ਸਹਿਜਪਾਲ, ਔਰ ਮੈਂ ਤੁਹਾਡੇ ਨਾਮ ਦੀ ਖਾਸੀਅਤ ਜਾਣਨਾ ਚਾਹਾਂਗੀ ਕਿ ਤੁਹਾਡਾ ਸਿਮਰਨ ਔਰ ਸਹਿਜਪਾਲ ਔਰ ਤੁਹਾਡਾ ਰੀਅਲ ਨੇਮ, ਮੈਂ ਸੁਣਿਆ ਕਿ ਤੁਹਾਡਾ ਰੀਅਲ ਨੇਮ ਮਧੂ ਬਾਲਾ ਹੈ, ਸੋ ਮੈਨੂੰ ਇਹਨਾਂ ਦੋਨਾਂ ਨਾਮ ਦੇ ਡਿਫਰੈਂਸ ਬਾਰੇ ਜ਼ਰੂਰ ਦੱਸੋ। ਮੈਮ ਜਿਹੜਾ ਸਿਮਰਨ ਸਹਿਜਪਾਲ ਜਿਹੜਾ ਹੈ ਉਹ ਇੱਕ ਇੰਡਸਟਰੀ ਨੇ ਮੈਨੂੰ ਇੱਕ ਨਾਮ ਤੋਂ ਜਾਣਦੇ ਨੇ, ਲੇਕਿਨ ਜਿਹੜਾ ਮੇਰਾ ਰੀਅਲ ਨੇਮ ਹੈ ਉਹ ਹੈਗਾ ਮਧੂ ਬਾਲਾ ਜੀ। ਜੀ। ਅਤੇ ਮੇਰੇ ਜਿਹੜੇ ਕਈ ਕਲਿੱਪਸ ਹੈਗੇ ਨੇ ਉਹਨਾਂ ਵਿੱਚ ਮੈਂ ਇਹ ਗੱਲ ਕਹੀ ਹੋਈ ਹੈ ਕਿ ਮਧੂ ਬਾਲਾ ਰਿਟਰਨ ਬੈਕ। ਸੋ ਇਹ ਗੱਲ ਕਹਿਣਾ ਔਰ ਆਪਣੇ ਆਪ ਨੂੰ ਪ੍ਰੂਵ ਕਰਨਾ ਇੰਡਸਟਰੀ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਮੇਰੇ ਲਈ। ਸੋ ਦੇਖਦੇ ਹਾਂ, ਸਫ਼ਰ ਚੱਲ ਰਿਹਾ ਫਿਲਮੀ ਆਪਣਾ, ਅਤੇ ਕਿੰਨਾ ਕੁ ਮੈਂ ਉਸ ਆਪਣੇ ਕਹਿਣੇ ਔਰ ਕਰਨੇ ਦੇ ਉੱਪਰ ਕਹਿੰਦੇ ਹੁੰਦੇ ਆ ਢੁੱਕਦੀ ਹਾਂ, ਉਹ ਹੁਣ ਵਕਤ ਹੀ ਦੱਸੇਗਾ ਕਿ ਮੈਂ ਉਹ ਆਉਣ ਵਾਲੇ ਟਾਈਮ 'ਚ ਲੋਕਾਂ ਦੇ ਇੱਕ ਦਿਮਾਗ ਦੇ ਵਿੱਚ, ਇੱਕ ਜ਼ਹਿਨ ਦੇ ਵਿੱਚ ਮਧੂ ਬਾਲਾ ਜੀ ਉਸ ਲੈਵਲ ਤੱਕ ਪਹੁੰਚ ਪਾਉਣੀ। ਉਸ ਲੈਵਲ ਤੱਕ ਤਾਂ ਨਹੀਂ ਆਪਾਂ ਕਹਿ ਸਕਦੇ ਖੈਰ, ਲੇਕਿਨ ਹਾਂ ਕੋਸ਼ਿਸ਼ ਜ਼ਰੂਰ ਰਹੇਗੀ ਕਿ ਮੈਂ ਆਪਣੇ ਨਾਮ ਨੂੰ ਪ੍ਰੂਵ ਕਰ ਸਕਾਂ। ਜੀ, ਜਿਵੇਂ ਇੱਕ ਪੁਰਾਣੀਆਂ ਫਿਲਮਾਂ 'ਚ ਮਧੂ ਬਾਲਾ ਸੀ ਜੋ ਇੱਕ ਬਹੁਤ ਫੇਮਸ ਸਟਾਰ ਸੀ, ਔਰ ਇਹ ਮਧੂ ਬਾਲਾ ਵੀ ਆਪਣੇ ਆਪ ਨੂੰ ਉਸ ਸਟਾਰ ਦੇ ਲੈਵਲ 'ਤੇ ਲੈ ਕੇ ਜਾਣ ਦੀ ਇੱਕ ਇਸ਼ੂਕ ਹੈ, ਔਰ ਪਰਮਾਤਮਾ ਕਿਰਪਾ ਕਰੇ ਤੁਹਾਡੀਆਂ ਚਾਹਤ ਸਾਰੀਆਂ ਪੂਰੀਆਂ ਹੋਣ, ਤੁਹਾਡੀਆਂ ਮੁਰਾਦਾਂ ਸਾਰੀਆਂ ਪੂਰੀਆਂ ਹੋਣ। ਸੋ ਮੈਮ ਗੱਲ ਕਰਦੇ ਹਾਂ ਤੁਹਾਡੀ ਬੈਕਗਰਾਉਂਡ ਦੀ, ਤੁਸੀਂ ਮੇ ਬੀ ਮੈਰਿਡ ਹੋ ਜੀ, ਔਰ ਤੁਹਾਡੀ ਬੈਕਗਰਾਉਂਡ, ਤੁਹਾਡਾ ਜਨਮ, ਤੁਹਾਡੀ ਐਜੂਕੇਸ਼ਨ ਔਰ ਫਿਲਮੀ ਸਫ਼ਰ ਦੇ ਬਾਰੇ 'ਚ ਤੁਸੀਂ ਇਸ ਇੰਡਸਟਰੀ 'ਚ ਕਿਵੇਂ ਪੈਰ ਧਰਿਆ ਉਹਦੇ ਬਾਰੇ ਜਾਣਨਾ ਚਾਹਾਂਗੇ। ਮੇਰੀ ਬੈਕਗਰਾਉਂਡ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ। ਮੇਰਾ ਜਿਹੜਾ ਬੇਸਿਕਲੀ ਜਿਹੜਾ ਮੇਰਾ ਪੇਰੈਂਟਸ ਦਾ ਪਿੰਡ ਹੈਗਾ ਉਹ ਹੈਗਾ ਜੀ ਪਿੰਡ ਕਾਈਨੌਰ, ਜ਼ਿਲ੍ਹਾ ਰੋਪੜ ਦੇ ਵਿੱਚ ਪਿੰਡ ਪੈਂਦਾ ਇਹ। ਪਰ ਜਿਹੜਾ ਮੇਰਾ ਜਨਮ ਹੋਇਆ ਉਹ ਹੋਇਆ ਜਲੰਧਰ ਦੇ ਵਿੱਚ, ਔਰ ਮੇਰੀ ਸਟੱਡੀ ਜਿਹੜੀ ਹੈ ਉਹ ਵੀ ਜਲੰਧਰ ਦੇ ਵਿੱਚ ਹੀ ਸਾਰੀ ਕੰਪਲੀਟ ਹੋਈ ਹੈ, ਅਤੇ ਮੈਰਿਜ ਵੀ ਮੇਰੀ ਜਲੰਧਰ ਦੇ ਵਿੱਚ ਹੀ ਹੋਈ ਹੈ। ਸੋ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਦਾਦਕਿਆਂ ਦਾ ਪਿੰਡ ਹੈ ਉਹ ਹੈਗਾ ਪਿੰਡ ਕਾਈਨੌਰ, ਜ਼ਿਲ੍ਹਾ ਰੋਪੜ ਦੇ ਵਿੱਚ, ਅਤੇ ਵੈਸੇ ਬੇਸਿਕਲੀ ਮੈਂ ਹੈਗੀ ਹਾਂ ਰਹਿਣ ਵਾਲੀ ਜਲੰਧਰ ਦੀ। ਜੀ, ਕਾਈਨੌਰ ਪਿੰਡ ਦੇ ਵਿੱਚ ਜੰਮੀ ਔਰ ਜਲੰਧਰ ਸ਼ਹਿਰ ਦੇ ਵਿੱਚ ਪਲੀ, ਅਤੇ ਉਸ ਤੋਂ ਬਾਅਦ ਫਿਲਮੀ ਸਫ਼ਰ ਟੀ ਵੀ ਸਕਰੀਨ, ਸਿਨੇਮਾ ਘਰਾਂ ਦੀ ਸਕਰੀਨ 'ਤੇ ਸ਼ਾਹ ਜਾਣ ਵਾਲੀ ਮਧੂ ਬਾਲਾ ਉਰਫ ਸਿਮਰਨ ਸਹਿਜਪਾਲ। ਸੋ ਮੈਡਮ, ਮੂਵੀ ਇੰਡਸਟਰੀ ਦੇ ਵਿੱਚ ਤੁਸੀਂ ਕਾਫੀ ਫਿਲਮਾਂ ਕੀਤੀਆਂ, ਤੁਹਾਡਾ ਇੱਕ ਨਾਮ ਹੈ, ਔਰ ਮੈਂ ਪਹਿਲਾਂ ਵੀ ਡਾਇਲੋਗ ਦੀ ਗੱਲ ਕੀਤੀ, ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਤੁਹਾਡੀ ਲੈਦਰ ਲਾਈਫ 'ਚ, ਸੋ ਆਪਣੇ ਫਿਲਮੀ ਸਫ਼ਰ ਬਾਰੇ ਕੀ ਕਹਿਣਾ ਚਾਹੋ? 2015 ਦੇ ਵਿੱਚ ਮੇਰੀ ਪਹਿਲੀ ਫਿਲਮ ਲੈਦਰ ਲਾਈਫ ਰਿਲੀਜ਼ ਹੋਈ ਸੀਗੀ, ਜਿਹਦਾ ਪਹਿਲਾ ਹੀ ਸੀਨ ਸੀਗਾ ਔਰ ਪਹਿਲਾਂ ਹੀ ਇਹ ਮੇਰਾ ਜਿਹੜਾ ਡਾਇਲੋਗ ਜਿਹੜਾ ਸੀ ਕੰਟਰੋਵਰਸੀ ਦੇ ਵਿੱਚ ਚਲਾ ਗਿਆ ਸੀਗਾ ਕਿ ਸਾਗ ਤਾਂ ਮੈਂ ਠੰਡਾ ਹੀ ਖਾ ਲੂੰ ਤੂੰ ਤੱਤੀ ਰਹੀ। ਸੋ ਕਹਿ ਸਕਦੇ ਹਾਂ ਕਿ ਉੱਥੋਂ ਹੀ ਮੇਰੀ ਇੱਕ ਪਹਿਚਾਣ ਬਣੀ, ਜਿੱਥੋਂ ਕਿ ਲੋਕ ਜਾਣਨ ਲੱਗੇ ਕਿ ਇਹ ਫੌਜਣ ਦਾ ਕੈਰੈਕਟਰ ਸੀਗਾ ਉਸ ਫਿਲਮ ਦੇ ਵਿੱਚ ਮੇਰਾ। ਅਤੇ ਲੋਕਾਂ ਨੂੰ ਕਾਫੀ, ਹਜੇ ਤੱਕ ਵੀ ਅਗਰ ਆਪਾਂ ਦੇਖਦੇ ਹਾਂ ਦੇਸ਼ ਵਿਦੇਸ਼ਾਂ ਦੇ ਵਿੱਚ ਇਹ ਕਲਿੱਪ ਬਹੁਤ ਵਾਇਰਲ ਹੋਈ ਸੀਗੀ, ਤਾਂ ਲੋਕ ਜਾਣਦੇ ਨੇ ਵੀ, ਪੁੱਛਦੇ ਨੇ ਵੀ ਹਾਂ ਵੀ ਉਹ ਵੀ ਫੌਜਣ ਸਾਗ ਅਤੇ ਮੈਂ ਠੰਡਾ ਹੀ ਖਾ ਲੂੰ ਤੂੰ ਤੱਤੀ ਰਹੀ ਉਹ ਵਾਲੀ। ਤਾਂ ਇੱਕ ਪਹਿਚਾਣ ਦੇਣ ਲਈ ਮੈਨੂੰ ਅਗਰ ਕਹਿ ਸਕਦੇ ਹਾਂ, ਮੇਰੇ ਲਈ ਉਹ ਚੰਗੀ ਗੱਲ ਸੀ ਕਿਤੇ ਨਾ ਕਿਤੇ ਕਿ ਉਹ ਡਾਇਲੋਗ, ਉਹ ਸੀਨ ਮੈਨੂੰ ਇੱਕ ਪਹਿਚਾਣ ਦੇ ਕੇ ਗਿਆ। ਪਰ ਕੰਟਰੋਵਰਸੀ ਦਾ ਰੀਜ਼ਨ ਜਿਹੜਾ ਸੀਗਾ ਉਹਦੇ ਲਈ ਅਸੀਂ ਕਾਫੀ, ਸਾਡੀ ਟੀਮ ਨੇ ਮਾਫ਼ੀ ਵੀ ਮੰਗੀ ਫੌਜੀ ਵੀਰਾਂ ਦੇ ਕੋਲੋਂ, ਕਿਉਂਕਿ ਆਪਾਂ ਮੰਨਦੇ ਹਾਂ ਕਿ ਫੌਜੀ ਜਿਹੜੇ ਸਾਡੇ ਦੇਸ਼ ਦੀ ਰੱਖਿਆ ਕਰਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਠੇਸ ਪਹੁੰਚੀ। ਪਰ ਉਹ ਇੱਕ ਫਿਲਮੀ ਸੀਨ ਸੀ ਮੇਰਾ ਜੀ, ਉਹ ਫਿਲਮ ਸਿਰਫ ਇੱਕ ਇੰਜੋਏ ਦੇ ਲਈ ਸੀ, ਇੰਜੋਇਮੈਂਟ ਦੇ ਲਈ ਮੂਵੀ ਦੇ ਵਿੱਚ ਸੀਨ ਸੀ, ਉਹ ਕੰਟਰੋਵਰਸੀ ਚਲਾ ਗਿਆ ਉਹ ਬਾਅਦ ਦੇ ਵਿੱਚ, ਨਾ ਤੁਹਾਨੂੰ ਖੁਦ ਨੂੰ ਵੀ ਮਹਿਸੂਸ ਹੋਇਆ ਫੌਜੀਆਂ ਦੀ ਬਦੌਲਤ ਅਗਰ ਉਹ ਬਾਰਡਰ ਤੇ ਖੜੇ ਨੇ ਤੇ ਅਸੀਂ ਆਰਾਮ ਦੀ ਨੀਂਦ, ਸੁੱਖ ਦੀ ਨੀਂਦ ਸੌਂਦੇ ਹਾਂ ਘਰਾਂ ਦੇ ਵਿੱਚ। ਜੀ ਬਿਲਕੁਲ, ਪਰ ਸਾਡਾ ਇਰਾਦਾ ਨਹੀਂ ਸੀਗਾ ਕਿ ਅਸੀਂ ਉਹਨਾਂ ਨੂੰ ਠੇਸ ਪਹੁੰਚਾਈਏ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈਏ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਉਹ ਚੀਜ਼ ਬੁਰੀ ਲੱਗੀ। ਜੀ ਮੈਮ, ਤੁਹਾਡੀ ਹੁਣੇ ਹੁਣੇ ਰਿਲੀਜ਼ ਹੋਈ ਮੂਵੀ ਮੈਰਿਜ ਪੈਲਸ, ਜੀ, ਅਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਰਿਜ ਪੈਲਸ ਬਾਰੇ ਕੁਛ ਯਾਦਾਂ ਉਸ ਮੂਵੀ ਦੇ ਸੈੱਟ 'ਤੇ, ਕੁਛ ਇੱਦਾਂ ਦੀਆਂ ਹਾਲਾਤ, ਕੁਛ ਉਸ ਸੰਪਰਕਤ ਦੀਆਂ ਕੁਛ ਖੱਟੀਆਂ ਮਿੱਠੀਆਂ ਯਾਦਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਬਿਲਕੁਲ, ਮੈਰਿਜ ਪੈਲਸ ਬਹੁਤ ਅੱਛਾ ਰਿਸਪੋਂਸ ਜਾ ਰਿਹਾ ਜੀ ਫਿਲਮ ਦਾ, ਔਰ ਜਿਵੇਂ ਕਿ ਮੈਂ ਕਿਹਾ ਕਿ ਮਧੂ ਬਾਲਾ ਹੈ ਨਾ, ਸੋ ਮੇਰੇ ਨਾਮ ਨਾਲ ਰਿਲੇਟ ਕਰਦੀ ਹੈ, ਔਰ ਉਸ ਫਿਲਮ ਦੇ ਵਿੱਚ ਮੇਰਾ ਜਿਹੜਾ ਕੈਰੈਕਟਰ ਹੈ ਉਹ ਮਧੂ ਬਾਲਾ ਹੀ ਹੈ।
ਮੇਰਾ ਨਾਮ ਜਿਹੜਾ ਆ ਉਸ ਫਿਲਮ ਦੇ ਵਿੱਚ ਮਧੂ ਬਾਲਾ ਹੀ ਰੱਖਿਆ ਗਿਆ ਕੈਰੈਕਟਰ ਦਾ, ਕਿਉਂਕਿ ਉਹ ਮਧੂ ਬਾਲਾ ਜੀ ਨੂੰ ਹੀ ਫੋਲੋ ਕਰਦੀ ਹੈ ਅਤੇ ਐਸ ਟੀ ਡੀ ਚਲਾਉਂਦੀ ਹੈ ਜੀ, ਅਤੇ ਉਹ ਨਾਈਨਟੀਜ਼ ਦਾ ਪੀਰੀਅਡ ਆ ਉਸ ਫਿਲਮ ਦੇ ਵਿੱਚ, ਔਰ ਕਾਫੀ ਯੂਥ ਲਈ ਇੱਕ ਕਹਿ ਸਕਦੇ ਹਾਂ ਯੂਥ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾਈਨਟੀਜ਼ ਦੇ ਵਿੱਚ ਕਿਹੋ ਜਿਹਾ ਟਾਈਮ ਸੀ, ਕਿਹੋ ਜਿਹਾ ਮਾਹੌਲ ਸੀਗਾ, ਕਾਫੀ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਔਰ ਲੋਕਾਂ ਨੇ ਕਾਫੀ ਪਸੰਦ ਵੀ ਕੀਤੀ ਹੈ ਜੀ। ਤੁਹਾਡਾ ਕੈਰੈਕਟਰ ਬਹੁਤ ਪਸੰਦ ਕੀਤਾ ਔਰ ਉਸ ਮੂਵੀ ਦਾ ਇੱਕ ਡਾਇਲੋਗ ਹੈ ਜੀ, ਮੈਂ ਸੁਣਨਾ ਵੀ ਚਾਹਾਂਗੀ ਤੁਹਾਡੇ ਤੋਂ, ਮੈਂ ਤਾਂ ਸੂਟ ਨਹੀਂ ਪਾਉਂਦੀ ਮੈਂ ਤਾਂ ਸਾੜੀਆਂ ਹੀ ਪਾਉਂਦੀ ਹਾਂ, ਜਦ ਤੁਹਾਨੂੰ ਜਸਵਿੰਦਰ ਭੱਲਾ ਜੀ ਸੂਟ ਆਫਰ ਕਰਦੇ ਨੇ, ਸੋ ਮੈਂ ਉਹ ਡਾਇਲੋਗ ਸੁਣਨਾ ਚਾਹਾਂਗੀ ਪਲੀਜ਼। ਉਹ ਜਿਵੇਂ ਕਿ ਭੱਲਾ ਜੀ ਕਹਿੰਦੇ ਨੇ ਵੀ ਸਾਰੇ ਮਾਂ ਦੇ ਫਰਜ਼ ਤੋਂ ਹੀ ਪੂਰੇ ਕਰਨੇ ਦੇ, ਤੇ ਉਹ ਕਹਿੰਦੀ ਹੈ ਵੀ ਮੈਂ ਤਾਂ ਸਾੜੀਆਂ ਹੀ ਪਾਉਂਦੀ ਹਾਂ ਜੀ, ਸੂਟ ਤਾਂ ਮੈਂ ਪਾਉਂਦੀ ਨਹੀਂ ਹੈਗੀ ਜੀ। ਬੜੀ ਸਵੀਟ ਜਿਹੀ ਦਿਖਾਈ ਹੈ ਨਾ ਉਹ ਕੈਰੈਕਟਰ, ਇੰਨਾ ਸਵੀਟ ਜਿਹਾ ਅਲੱਗ ਜਿਹੇ ਤਰੀਕੇ ਦਾ ਆ, ਤੇ ਉਹ ਇੱਕ ਉਹਨਾਂ ਦੀ ਕੈਮਿਸਟਰੀ ਵੀ ਕਹੀ ਜਾ ਸਕਦੀ ਹੈ ਭੱਲਾ ਜੀ ਦੇ ਨਾਲ, ਭੱਲਾ ਜੀ ਦੇ ਨਾਲ ਤੁਹਾਡੀ ਕੈਮਿਸਟਰੀ ਵਾਕਈ ਬਾ ਕਮਾਲ ਹੈ, ਸੋ ਬਹੁਤ ਪਿਆਰੀ ਮੂਵੀ ਹੈ ਔਰ ਤੁਹਾਡਾ ਕੈਰੈਕਟਰ ਤਾਂ ਸੱਚਮੁੱਚ ਬਹੁਤ ਸੋਹਣਾ ਹੈ, ਤੁਹਾਡਾ ਬੇਟਾ ਵੀ ਬਹੁਤ ਸੋਹਣਾ ਹੈ ਮੂਵੀ ਦੇ ਵਿੱਚ, ਚਾਬੀ ਹਾਂਜੀ ਚਾਬੀ ਜੀ, ਜਦੋਂ ਤੁਸੀਂ ਚਾਬੀ ਨੂੰ ਲੱਭਣ ਜਾਂਦੇ ਹੋ ਔਰ ਭੱਲਾ ਜੀ ਤੁਹਾਨੂੰ ਲੱਭਦੇ ਰਹਿੰਦੇ ਨੇ ਪੂਰੀ ਮੂਵੀ ਦੇ ਵਿੱਚ। ਪਰ ਮੈਂ ਭੱਲਾ ਜੀ ਬਾਰੇ ਇਹ ਕਹਿਣਾ ਚਾਹੁੰਦੀ ਕਿ ਭੱਲਾ ਜੀ ਬਹੁਤ ਹੀ ਨਾਈਸ ਪਰਸਨ ਨੇ, ਬਹੁਤ ਵਧੀਆ ਐਕਟਰ ਨੇ, ਮੇਰੇ ਤੋਂ ਬਹੁਤ ਸੀਨੀਅਰ ਨੇ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਮੈਂ ਉਹਨਾਂ ਦੇ ਨਾਲ ਕੰਮ ਕਰਦੀ, ਕਾਫੀ ਮੂਵੀਜ਼ ਕਰ ਚੁੱਕੀ ਹਾਂ, ਪਹਿਲਾਂ ਵੀ ਕ੍ਰੇਜ਼ੀ ਟੱਬਰ ਤੁਸੀਂ ਦੇਖੀ ਹੋਊਗੀ ਜੀ, ਸਾਡੀ ਫਿਲਮ ਸੀਗੀ ਉਹਦੇ ਵਿੱਚ ਵੀ ਲੋਕਾਂ ਨੇ ਕਾਫੀ ਸਾਨੂੰ ਪਸੰਦ ਕੀਤਾ ਸੀਗਾ, ਸੋ ਵਧੀਆ ਲੱਗਦਾ ਜਦੋਂ ਉਹਨਾਂ ਦੇ ਨਾਲ ਕੰਮ ਕਰੀਦਾ। ਮੈਮ ਸੁਪਨੇ ਕੀ ਨੇ ਇਸ ਇੰਡਸਟਰੀ ਨੂੰ ਲੈ ਕੇ, ਤੁਹਾਡੀ ਅੱਖਾਂ ਦੇ ਵਿੱਚ ਸੰਜੋਏ ਸੁਪਨੇ ਕਿਹੜੇ, ਕਿਵੇਂ ਦੇ ਕਰੈਕਟਰ ਪਲੇ ਕਰਨਾ ਚਾਹੁੰਦੇ ਹੋ ਆਉਣ ਵਾਲੇ ਵਕਤ ਦੇ ਵਿੱਚ ਵੀ, ਔਰ ਜੋ ਤੁਹਾਡਾ ਡ੍ਰੀਮ ਕਰੈਕਟਰ ਹੋਵੇ ਕੋਈ? ਐਕਚੁਲੀ ਮੈਂ ਕਾਫੀ ਇੰਟਰਵਿਊਜ਼ ਦੇ ਵਿੱਚ ਕਹਿ ਚੁੱਕੀ ਹਾਂ ਕਿ ਮੈਂ ਇੱਕ ਹਟ ਕੇ ਕੰਮ ਹਰ ਕੋਈ ਕਰਨਾ ਚਾਹੁੰਦਾ, ਹਰ ਆਰਟਿਸਟ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਨੂੰ ਥੋੜ੍ਹਾ ਹਟ ਕੇ ਕੰਮ ਮਿਲੇ, ਕੁਝ ਕਿਰਦਾਰ ਇਹੋ ਜਿਹੇ ਮਿਲਣ ਜਿਨ੍ਹਾਂ ਵਿੱਚ ਅਸੀਂ ਆਪਣੀ ਐਕਟਿੰਗ ਨੂੰ ਹੋਰ ਦਿਖਾ ਸਕੀਏ, ਬਟ ਪੰਜਾਬੀ ਇੰਡਸਟਰੀ ਦੀ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ, ਕਿਤੇ ਨਾ ਕਿਤੇ ਇੱਕ ਕਮੀ ਵੀ ਕਹਿ ਸਕਦੇ ਹਾਂ ਬਈ, ਜੋ ਆਰਟਿਸਟ ਡਿਜ਼ਰਵ ਕਰਦਾ ਉਹਨੂੰ ਮਿਲਦਾ ਨਹੀਂ ਜੀ, ਬਿਲਕੁਲ। ਸੋ ਮੇਰੇ ਜਿਹੜੇ ਸੁਪਨੇ ਨੇ ਬਹੁਤ ਹੀ ਇੱਕ, ਕਿਉਂਕਿ ਮੈਂ ਜਦੋਂ ਛੋਟੀ ਸੀਗੀ ਮੈਂ ਕੋਈ ਇਸ ਇੰਡਸਟਰੀ ਦੇ ਵਿੱਚ ਆਉਣ ਲਈ ਕੋਈ ਟ੍ਰੇਨਿੰਗ ਨਹੀਂ ਲਿੱਤੀ, ਕੋਈ ਮੇਰੀ ਅਗਰ ਆਪਾਂ ਕਿਹਾ ਜਾ ਸਕੇ ਕੋਈ ਥੀਏਟਰ ਨਹੀਂ ਮੈਂ ਕੀਤਾ ਹੋਇਆ, ਬਿਲਕੁਲ ਵੀ ਮੇਰਾ ਕੋਈ ਇਸ ਇੰਡਸਟਰੀ ਨਾਲ ਲੈਣਾ ਦੇਣਾ ਨਹੀਂ ਸੀਗਾ ਆਪਾਂ ਕਹਿ ਸਕਦੇ ਹਾਂ, ਬਟ ਇੱਕ ਹੁੰਦਾ ਹੈ ਕਿ ਤੁਸੀਂ ਬਚਪਨ ਦੇ ਵਿੱਚ ਸਿਨੇਮਾ ਦੇਖਿਆ ਬਹੁਤ ਹੈ, ਮੈਂ ਜਦੋਂ ਛੋਟੀ ਸੀ ਤਾਂ ਮੈਂ ਫਿਲਮਸ ਆਰਟ ਮੂਵੀਜ਼ ਆਲਵੇਜ਼ ਦੇਖਦੀ ਹੁੰਦੀ ਸੀ, ਸ਼ਿਵਾਨਾ ਆਜ਼ਮੀ, ਸਮਿਤਾ ਪਾਟਿਲ ਜੀ, ਨਸੀਰੁਦੀਨ ਸ਼ਾਹ ਜੀ, ਓਮ ਪੁਰੀ ਜੀ, ਮੈਂ ਉਹਨਾਂ ਦੀਆਂ ਫਿਲਮਸ ਨੂੰ ਦੇਖਿਆ ਔਰ ਵਾਚ ਕੀਤਾ ਸੀਗਾ, ਸੋ ਉਹੀ ਮੈਂ ਕਹਿ ਸਕਦੀ ਕਿ ਮੇਰੇ ਦਿਮਾਗ ਦੇ ਵਿੱਚ ਬੈਠਾ ਹੋਇਆ ਹੈ ਨਾ, ਸੋ ਉਵੇਂ ਦੇ ਕੈਰੈਕਟਰ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਉਹ ਇੰਡਸਟਰੀ ਦੇ ਵਿੱਚ ਅੱਜ ਦੀ ਡੇਟ 'ਚ ਆਪਾਂ ਦੇਖਿਆ ਜਾਵੇ ਇੱਕ ਛਾਪ ਛੱਡ ਕੇ ਗਏ ਹੋਏ ਨੇ, ਸੋ ਉਵੇਂ ਦੇ ਕੈਰੈਕਟਰ 'ਚ ਕਰਨਾ ਮੈਂ ਚਾਹੁੰਦੀ ਹਾਂ ਆਪਣੀ ਲਾਈਫ ਦੇ ਵਿੱਚ, ਔਰ ਮੇਰਾ ਡ੍ਰੀਮ ਪ੍ਰੋਜੈਕਟ ਜਿਹੜਾ ਹੈਗਾ ਕਿ ਮੈਂ ਖੁਦ ਨੂੰ ਇੱਕ ਮੇਨ ਲੀਡ ਲੈ ਕੇ ਫਿਲਮ ਕਰਨਾ ਚਾਹੁੰਦੀ ਹਾਂ, ਮੇਨ ਲੀਡ ਨੂੰ ਆਪਾਂ ਅਗਰ ਦੇਖਿਆ ਜਾਵੇ ਇਹ ਨਹੀਂ ਕਹਿ ਸਕਦੇ ਕਿ ਮੈਂ ਹੀਰੋਇਨ ਆਉਣਾ ਚਾਹੁੰਦੀ ਹਾਂ, ਬਟ ਇੱਕ ਕੈਰੈਕਟਰ ਹੀ ਐਵੇਂ ਦੇ ਹੁੰਦੇ ਨੇ ਕਿ ਜਿਹੜੇ ਲਾਈਕ ਵਿਦਿਆ ਬਾਲਨ ਨੇ ਕੀਤੀ ਸੀ, ਮਾਧੁਰੀ ਦੀਕਸ਼ਿਤ ਜੀ ਨੇ ਗੁਲਾਬੀ ਗੈਂਗ ਕੀਤੀ, ਲਾਈਕ ਉਵੇਂ ਦੇ ਕੈਰੈਕਟਰ, ਸੋ ਦੇਖਦੇ ਹਾਂ ਕਦੋਂ ਉਹ ਵਰਕ ਅਕੋਰਡਿੰਗ ਟੂ ਲੁੱਕ, ਕਈ ਵਾਰ ਹੋ ਜਾਂਦਾ ਹੈ ਕਿ ਆਪਾਂ ਨੂੰ ਹੀਰੋਇਨ ਜਿਹੜੀ ਹੈ ਥੋੜ੍ਹੀ ਆਪਾਂ ਨੂੰ ਲੁੱਕ ਦੇ ਏਜ ਥੋੜ੍ਹੀ ਜ਼ਿਆਦਾ ਇਸ ਚਾਹੀਦੀ ਹੁੰਦੀ ਹੈ, ਸੋ ਮੇਨ ਕੈਰੈਕਟਰ 'ਤੇ ਆ ਜਾਂਦੀ ਹੈ, ਸੋ ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਵੇਗਾ ਔਰ ਬਹੁਤ ਜਲਦ ਹੋਵੇਗਾ, ਤੁਹਾਡੇ ਆਉਣ ਵਾਲੇ ਪ੍ਰੋਜੈਕਟ ਉਹਨਾਂ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਕਿ ਨੈਕਸਟ ਤੁਸੀਂ ਕੀ ਪ੍ਰੋਜੈਕਟ ਕਰ ਰਹੇ ਹੋ। ਆਉਣ ਵਾਲੇ ਪ੍ਰੋਜੈਕਟ ਨੇ ਜੀ ਆਪਣਾ ਮਾਹੀ ਵੇ 2019 ਦੇ ਵਿੱਚ ਤੁਸੀਂ ਦੇਖੋਗੇ, ਲੱਡੂ ਬਰਫੀ ਹੈ, ਛੱਲੇ ਮੁੰਦੀਆਂ ਹੈ, ਨਾਨਕਾ ਮੇਲ ਹੈ, ਸਾਕ ਹੈ, ਹੋਰ ਵੀ ਅਪਡੇਟਸ ਜਿਹੜੀਆਂ ਹੈਗੀਆਂ ਨੇ ਹਜੇ ਆਉਣ ਵਾਲੀਆਂ ਨੇ, ਕੁਛ ਦੀ ਗੱਲਬਾਤ ਚੱਲ ਰਹੀ ਹੈ ਅਤੇ ਜਿਵੇਂ ਜਿਵੇਂ ਆਉਂਦੀ ਰਹੇਗੀ ਉਹ ਆਈ ਜਾਣਗੀਆਂ, ਅਪਡੇਟ ਸਾਹਮਣੇ ਆਈ ਜਾਣਗੀਆਂ ਸਭ 'ਤੇ। ਮੈਮ ਜਿਵੇਂ ਤੁਸੀਂ ਦੱਸਿਆ ਕਿ ਮਤਲਬ ਤੁਸੀਂ ਥੀਏਟਰ ਨਹੀਂ ਕੀਤਾ ਬਿਲਕੁਲ ਵੀ, ਐਕਟਿੰਗ ਦੀ ਤੁਸੀਂ ਕਿਤੋਂ ਵੀ ਟ੍ਰੇਨਿੰਗ ਨਹੀਂ ਲਿੱਤੀ, ਕਲਾਸਿਸ ਨਹੀਂ ਲਿੱਤੀਆਂ, ਔਰ ਐਜੂਕੇਸ਼ਨ ਬਾਰੇ ਜ਼ਰੂਰ ਜਾਣਨਾ ਚਾਹਾਂਗੇ, ਔਰ ਇੱਕ ਹਾਊਸ ਵਾਈਫ ਹੋ ਤੁਸੀਂ ਜਾਂ ਕੋਈ ਹੋਰ ਵੀ ਜੋਬ ਕਰਦੇ ਹੋ ਨਾਲ? ਨਹੀਂ, ਮੈਂ ਲਾਈਫ ਦੇ ਵਿੱਚ ਬਹੁਤ ਸਟਰਗਲ ਕੀਤਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਅਗਰ ਮੈਂ ਕਿਹਾ ਜਾਵੇ ਤਾਂ ਮੈਂ ਲਾਈਫ ਨੂੰ ਬਹੁਤ ਜੀ ਕੇ ਦੇਖਿਆ ਹੋਇਆ ਖੁਦ, ਔਰ ਅਗਰ ਤੁਸੀਂ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹੋ ਤਾਂ ਮੈਂ ਓਨਲੀ ਮੈਟ੍ਰਿਕ ਪਾਸ ਹਾਂ, ਕਿਉਂਕਿ ਅਗਰ ਘਰ ਦੇ ਕੁਛ ਹਾਲਾਤ ਸੀਗੇ ਜਿਨ੍ਹਾਂ ਕਰਕੇ ਮੇਰੀ ਸਟੱਡੀ ਕੰਪਲੀਟ ਨਹੀਂ ਹੋ ਸਕੀ, ਸੋ ਉਹ ਪੜ੍ਹਨ ਦਾ ਮੈਨੂੰ ਮੌਕਾ ਨਹੀਂ ਮਿਲਿਆ, ਬਹੁਤ ਰੀਝਾਂ ਸੀਗੀਆਂ ਕਿ ਮੈਂ ਪੜ੍ਹਦੀ ਔਰ ਕੁਛ ਬਣਦੀ, ਬਟ ਨਹੀਂ ਉਹ ਚਲੋ ਮੌਕੇ ਮਿਲਦੇ ਹੁੰਦੇ ਕਈ ਵਾਰੀ ਜ਼ਿੰਦਗੀ 'ਚ ਆਪਾਂ ਜੋ ਚਾਹੁੰਦੇ ਆਪਾਂ ਨੂੰ ਮਿਲਦਾ ਨਹੀਂ ਹੈਗਾ, ਪਰ ਜੇ ਆਪਾਂ ਕਹੀ ਜਾਈਏ ਕਿ ਹਾਊਸ ਵਾਈਫ ਹੈਗੀ, ਮੈਂ ਹਾਊਸ ਵਾਈਫ ਹੀ ਹਾਂ, ਬਟ ਕੰਮ ਕਰਨੇ ਪੈਂਦੇ ਆ ਤੁਹਾਨੂੰ, ਜਿਵੇਂ ਕਿ ਹੁਣ ਆਪਾਂ ਇਸ ਲਾਈਨ ਦੇ ਵਿੱਚ ਹੀ ਆਏ ਹਾਂ, ਮੇਰੇ ਹਸਬੈਂਡ ਦੀ ਬਹੁਤ ਜ਼ਿਆਦਾ ਸਪੋਰਟ ਹੈ ਮੈਨੂੰ ਮੇਰੀ ਇਸ ਲਾਈਨ ਦੇ ਵਿੱਚ ਆਉਣ ਦੇ ਵਿੱਚ, ਕਿਉਂਕਿ ਉਹਨਾਂ ਨੇ ਨੋਵਲਸ ਬਹੁਤ ਪੜ੍ਹੇ ਆ, ਫਿਲਮਸ ਬਹੁਤ ਦੇਖੀਆਂ ਆ, ਉਹਨਾਂ ਨੂੰ ਅੱਜ ਵੀ ਅਗਰ ਮੈਂ ਪੁੱਛਦੀ ਹਾਂ ਕਿ 35 ਦੀ ਅਗਰ ਟਾਈਮ ਦੀ 1935-40 ਦੀ ਆਪਾਂ ਫਿਲਮ ਕੋਈ ਕੱਢ ਲਈਏ ਨਾ, ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹ ਸਾਰੀ ਉਹਦੀ ਬਾਇਓਗ੍ਰਾਫੀ ਦੱਸ
ਕਿ ਤੂੰ ਇੱਦਾਂ ਨਹੀਂ ਇੱਦਾਂ ਨਹੀਂ ਆ ਇੱਦਾਂ ਕਰਿਆ ਕਰ ਇੱਦਾਂ ਨਹੀਂ ਇੱਦਾਂ ਕਰਿਆ ਕਰ ਸੋ ਬਹੁਤ ਸਪੋਰਟਿੰਗ ਆ ਮੇਰੇ ਹਸਬੈਂਡ ਅਗਰ ਕਹਿੰਦੇ ਹੁੰਦੇ ਆ ਵਾਈਫ ਦੇ ਪਿੱਛੇ ਅਗਰ ਮੈਂ ਅੱਜ ਇਸ ਲੈਵਲ ਦੇ ਉੱਤੇ ਪਹੁੰਚੀ ਹਾਂ ਤਾਂ ਇਹਦੇ ਪਿੱਛੇ ਮੈਨੂੰ ਮੇਰੇ ਹਸਬੈਂਡ ਦਾ ਮੇਰੇ ਪੇਰੈਂਟਸ ਜਿਵੇਂ ਕਾਮਯਾਬ ਆਦਮੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਔਰ ਸਿਮਰਨ ਸਹਿਜਪਾਲ ਦੀ ਕਾਮਯਾਬੀ ਦੇ ਪਿੱਛੇ ਇਹਨਾਂ ਦੇ ਹਸਬੈਂਡ ਦਾ ਹੱਥ ਹੈ ਜੀ ਬਿਲਕੁਲ ਕੀ ਬਾਤ ਹੈ ਜੀ ਸੋ ਤੁਹਾਡੇ ਹਸਬੈਂਡ ਬਾਰੇ ਵੀ ਮੈਂ ਥੋੜ੍ਹਾ ਜਿਹਾ ਜਾਣਨਾ ਚਾਹਾਂਗੀ ਜ਼ਰੂਰ ਮੇਰੇ ਹਸਬੈਂਡ ਬਾਰੇ ਕੀ ਦੱਸਾਂ ਮੈਂ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਪਰਸਨੈਲਿਟੀ ਨੇ ਬਹੁਤ ਵਧੀਆ ਇਨਸਾਨ ਨੇ ਤੋ ਜਿੱਦਾਂ ਹੁਣ ਹੁੰਦਾ ਹੈ ਕਿ ਆਲਵੇਜ਼ ਆਪਾਂ ਕਹਿ ਦਿੰਦੇ ਹਾਂ ਵੀ ਹਸਬੈਂਡ ਵਾਈਫ ਦੇ ਵਿੱਚ ਨੋਕ ਝੋਕ ਚੱਲਦੀ ਰਹਿੰਦੀ ਹੈ ਹੈ ਨਾ ਪਰ ਮੇਰੇ ਔਰ ਮੇਰੇ ਹਸਬੈਂਡ ਦੇ ਵਿੱਚ ਮੇਰੇ ਵੱਲੋਂ ਤਾਂ ਹਜੇ ਕਿਤੇ ਕਿਤੇ ਹੋ ਜਾਂਦੀ ਹੈ ਪਰ ਉਹ ਹਮੇਸ਼ਾ ਮੈਨੂੰ ਕਹਿੰਦੇ ਨੇ ਕਿ ਮੈਨੂੰ ਅਗਰ ਮੈਂ 7 ਜਨਮ ਲਵਾਂ ਤਾਂ ਮੈਨੂੰ ਤੇਰੇ ਵਰਗੀ ਵਾਈਫ ਹੀ ਚਾਹੀਦੀ ਹੈ ਸੋ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਇਹ ਗੱਲ ਕਹਿੰਦੇ ਆ ਉਹ ਪਰ ਮੈਂ ਹਮੇਸ਼ਾ ਉਹਨਾਂ ਨੂੰ ਕਹਿ ਦਿੰਦੀ ਹਾਂ ਬਈ ਮੇਰਾ ਤੁਹਾਡੀ ਖੂਬਸੂਰਤੀ ਦੇਖ ਕੇ ਤਾਂ ਕੋਈ ਵੀ ਸੋਚ ਸਕਦਾ ਹੈ ਯਾਰ ਸੱਚੀ ਇੱਦਾਂ ਦੀ ਵਾਈਫ ਤਾਂ ਹੋਣੀ ਚਾਹੀਦੀ ਹੈ ਨਹੀਂ ਨਹੀਂ ਉਹ ਬਹੁਤ ਵਧੀਆ ਇਨਸਾਨ ਨੇ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਬਹੁਤ ਵਧੀਆ ਇਨਸਾਨ ਨੇ ਜੀ ਮੈਮ ਤੁਹਾਡੀ ਜਿਵੇਂ ਦਾ ਨੇਚਰ ਤੁਸੀਂ ਕਰੈਕਟਰ ਪਲੇ ਕਰਦੇ ਹੋ ਤੁਹਾਡਾ ਮੂਵੀ ਇੰਡਸਟਰੀ 'ਚ ਜਿਵੇਂ ਦਾ ਤੁਹਾਡਾ ਨੇਚਰ ਹੈ ਕਿ ਰੀਅਲ ਲਾਈਫ 'ਚ ਵੀ ਤੁਸੀਂ ਉੱਦਾਂ ਦੇ ਹੋ ਬਿਲਕੁਲ ਮੈਂ ਖੁਦ ਡਬਲ ਫੇਸ ਨਹੀਂ ਹੈਗੀ ਔਰ ਮੈਨੂੰ ਲੋਕ ਵੀ ਉਵੇਂ ਦੇ ਹੀ ਚੰਗੇ ਲੱਗਦੇ ਆ ਕਿ ਜਿਹੜੇ ਦੋਗਲੇ ਫੇਸਿਸ ਨਾ ਹੋਣ ਹੈ ਨਾ ਕਿਉਂਕਿ ਮੈਂ ਖੁਦ ਉੱਦਾਂ ਦੀ ਨਹੀਂ ਹੈਗੀ ਮੈਂ ਜੋ ਤੁਹਾਨੂੰ ਇੱਥੇ ਦਿਖ ਰਹੀ ਹਾਂ ਮੈਂ ਉਵੇਂ ਦੀ ਆਪਣੀ ਰੀਅਲ ਲਾਈਫ ਦੇ ਵਿੱਚ ਹੈਗੀ ਹਾਂ ਔਰ ਜਿਵੇਂ ਦੀ ਫਿਲਮ ਇੰਡਸਟਰੀ ਦੇ ਵਿੱਚ ਆ ਉੱਦਾਂ ਦੀ ਮੈਂ ਆਪਣੇ ਘਰ ਦੇ ਵਿੱਚ ਵੀ ਉੱਦਾਂ ਦੀ ਹਾਂ ਹੈ ਨਾ ਸੋ ਹੋਣਾ ਵੀ ਨਹੀਂ ਚਾਹੀਦਾ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਹੋਣਾ ਵੀ ਨਹੀਂ ਚਾਹੀਦਾ ਜੋ ਤੁਸੀਂ ਉੱਪਰੋਂ ਉਹ ਵੀ ਤੁਸੀਂ ਅੰਦਰੋਂ ਵੀ ਹੋਣੇ ਚਾਹੀਦੇ ਆ ਇਨਸਾਨ ਉਵੇਂ ਦਾ ਹੀ ਚੰਗਾ ਲੱਗਦਾ ਹੈ ਜੀ ਬਿਲਕੁਲ ਮੈਮ ਜਿਵੇਂ ਸਾਡੇ ਪ੍ਰੋਗਰਾਮ ਦਾ ਨਾਮ ਹੈ ਖੱਟੀਆਂ ਮਿੱਠੀਆਂ ਯਾਦਾਂ ਔਰ ਜ਼ਿੰਦਗੀ ਦਾ ਕੋਈ ਸਟਰਗਲ ਪੀਰੀਅਡ ਦਾ ਕੋਈ ਇੱਦਾਂ ਦਾ ਅਨੁਭਵ ਜੋ ਸਾਡੇ ਨਾਲ ਸਾਂਝਾ ਕਰਨਾ ਚਾਹੋ ਚਾਹੇ ਕਿਸੇ ਮੂਵੀ ਦੇ ਸੈੱਟ ਦਾ ਕੋਈ ਇੱਦਾਂ ਦਾ ਤਜਰਬਾ ਜੋ ਸਾਡੇ ਸਾਰੇ ਨਾਲ ਸਾਂਝਾ ਕਰਨਾ ਚਾਹੋ ਸੋ ਪਲੀਜ਼ ਤੁਸੀਂ ਜ਼ਰੂਰ ਸ਼ੇਅਰ ਕਰੋ ਸਟਰਗਲ ਮੈਂ ਬਹੁਤ ਕੀਤੀ ਹੈ ਲਾਈਫ ਦੇ ਵਿੱਚ ਮੈਨੂੰ ਯਾਦ ਹੈ ਅੱਜ ਵੀ ਜਦੋਂ ਮੈਂ ਗੱਡੀ ਲਈ ਆਪਣੀ ਫਸਟ ਜਿਹੜੀ ਮੈਂ ਕਾਰ ਲਈ ਸੀਗੀ ਜਦੋਂ ਮੈਂ ਉਹ ਕਾਰ ਲਈ ਅਤੇ ਮੈਂ ਉਹਦੇ ਵਿੱਚ ਬੈਠੀ ਤਾਂ ਮੈਂ ਬੇਟਾ ਮੇਰਾ ਡਰਾਈਵ ਕਰ ਰਿਹਾ ਸੀਗਾ ਅਤੇ ਮੈਂ ਉਹਨੂੰ ਇੱਕੋ ਗੱਲ ਕਹੀ ਕਿ ਬੇਟਾ ਮੇਰੇ ਸਾਹਮਣੇ ਦੀ ਇੱਕ ਲੇਡੀ ਸਾਈਕਲ ਦੇ ਉੱਤੇ ਨਿਕਲੀ ਤਾਂ ਮੈਨੂੰ ਇੱਕੋ ਗੱਲ ਕੀ ਕਿ ਬੇਟਾ ਦੇਖ ਮੈਨੂੰ ਅੱਜ ਵੀ ਖੁਸ਼ੀ ਨਹੀਂ ਹੋ ਰਹੀ ਕਿਉਂਕਿ ਮੈਨੂੰ ਸਾਹਮਣੇ ਉਹੀ ਲੇਡੀ ਨਜ਼ਰ ਆ ਰਹੀ ਹੈ ਵੀ ਜਿਹੜੀ ਸਾਈਕਲ ਦੇ ਉੱਤੇ ਸਟਰਗਲ ਕਰਦੀ ਹੁੰਦੀ ਸੀਗੀ ਸੋ ਕਹਿਣ ਦਾ ਮਤਲਬ ਕਿ ਜ਼ਿੰਦਗੀ ਦੇ ਵਿੱਚ ਚਾਹੇ ਤੁਸੀਂ ਕਿਤੇ ਵੀ ਪਹੁੰਚੋ ਆਪਣਾ ਜਿਹੜਾ ਬੇਸਿਕ ਤੁਹਾਡਾ ਲੈਵਲ ਹੈ ਜਿੱਥੋਂ ਤੁਸੀਂ ਸਟਾਰਟ ਹੁੰਦੇ ਹੋ ਹੈ ਨਾ ਉਹ ਤੁਹਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਹੈ ਨਾ ਚਾਹੇ ਤੁਸੀਂ ਕਿਸੇ ਮਰਜ਼ੀ ਮੁਕਾਮ 'ਤੇ ਪਹੁੰਚ ਜਾਂਦੇ ਹੋ ਬਟ ਜਿੱਥੋਂ ਤੁਸੀਂ ਸਟਾਰਟ ਹੁੰਦੇ ਹੋ ਉਹ ਤੁਸੀਂ ਕਦੇ ਨਾ ਭੁੱਲੋ ਸੋ ਮੈਨੂੰ ਮੇਰਾ ਸਟਰਗਲ ਪੀਰੀਅਡ ਮੈਨੂੰ ਲੱਗਦਾ ਕਿ ਮਰਦੇ ਦਮ ਤੱਕ ਯਾਦ ਰਹੂਗਾ ਔਰ ਮੈਂ ਯਾਦ ਰੱਖਣਾ ਵੀ ਚਾਹੁੰਦੀ ਹਾਂ ਉਸ ਪੀਰੀਅਡ ਨੂੰ ਤਾਂ ਹੀ ਸ਼ਾਇਦ ਮੈਂ ਇੱਕ ਸਕਸੈਸ ਲੇਡੀ ਬਣ ਸਕਦੀ ਜੀ ਮਤਲਬ ਇੱਕ ਸਾਈਕਲ ਤੋਂ ਲੈ ਕੇ ਔਰ ਗੱਡੀਆਂ ਤੱਕ ਦੀ ਜਿਹੜੀ ਲਾਈਫ ਹੈ ਉਹ ਇੱਕ ਬਹੁਤ ਸਟਰਗਲ ਦੇ ਵਿੱਚੋਂ ਲੰਘੀ ਬਹੁਤ ਹਾਰਡ ਵਰਕ ਦੇ ਵਿੱਚੋਂ ਲੰਘੀ ਬਹੁਤ ਮਿਹਨਤ ਦੇ ਵਿੱਚੋਂ ਲੰਘੀ ਸੋ ਮੈਡਮ ਅਦਾਕਾਰੀ ਦਾ ਹੀ ਸਿਰਫ ਸ਼ੌਂਕ ਹੈ ਜਾਂ ਜਿਵੇਂ ਅੱਜ ਕੱਲ੍ਹ ਸਿੰਗਿੰਗ ਸਿੰਗਰਸ ਦਾ ਟ੍ਰੈਂਡ ਕਾਫੀ ਜ਼ਿਆਦਾ ਹੈ ਆਰਟਿਸਟ ਸਿੰਗਿੰਗ 'ਚ ਆ ਰਹੇ ਨੇ ਸੋ ਇੱਦਾਂ ਦਾ ਕੋਈ ਸ਼ੌਂਕ ਹੋਵੇ ਕਿਉਂਕਿ ਤੁਹਾਨੂੰ ਟਾਰਗੇਟ ਇੱਕੋ ਹੀ ਰੱਖਣਾ ਚਾਹੀਦਾ ਹੈ ਜੀ ਲਾਈਫ ਦਾ ਅਗਰ ਤੁਸੀਂ ਇੱਕ ਰਸਤਾ ਚੁਣ ਲਿਆ ਮੈਂ ਇੱਕ ਰਸਤਾ ਚੁਣ ਲਿਆ ਕਿ ਮੈਂ ਫਿਲਮਸ ਹੀ ਕਰਨੀਆਂ ਤਾਂ ਮੈਨੂੰ ਸਿਰਫ ਸਟੇਟ ਫਿਲਮਸ ਔਰ ਫਿਲਮਸ ਔਰ ਫਿਲਮਸ ਹੀ ਨਜ਼ਰ ਆਉਂਦੀਆਂ ਮੈਨੂੰ ਹੋਰ ਕੁਛ ਨਜ਼ਰ ਨਹੀਂ ਆਉਂਦਾ ਹੈ ਨਾ ਬਾਕੀ ਰਿਹਾ ਤੁਹਾਡੀ ਫੈਮਿਲੀ ਫਸਟ ਪਿਓਰਿਟੀ ਹੈ ਫੈਮਿਲੀ ਤੋਂ ਬਾਅਦ ਅਗਰ ਮੈਨੂੰ ਕੁਛ ਪੁੱਛੇ ਵੀ ਤੂੰ ਕੀ ਕਰਨਾ ਚਾਹੁੰਦੀ ਹੈ ਤਾਂ ਮੇਰਾ ਇੱਕੋ ਹੀ ਜਵਾਬ ਹੈ ਜੀ ਫਿਲਮਸ ਔਰ ਫਿਲਮਸ ਔਰ ਫਿਲਮਸ ਬਸ ਹੋਰ ਕੁਛ ਨਹੀਂ ਓਕੇ ਮੈਮ ਜਿਵੇਂ ਅਸੀਂ ਮੂਵੀਜ਼ ਦੀ ਗੱਲ ਕੀਤੀ ਫਿਲਮ ਦੀ ਗੱਲ ਕੀਤੀ ਤੁਹਾਡੀ ਪਰਸਨਲ ਲਾਈਫ ਦੀ ਗੱਲ ਕੀਤੀ ਐਜੂਕੇਸ਼ਨ ਦੀ ਗੱਲ ਕੀਤੀ ਹੋਰ ਜਿਵੇਂ ਕਈ ਵਾਰੀ ਹੁੰਦਾ ਹੈ ਆਪਾਂ ਨੂੰ ਹੋਬੀਜ਼ ਬਹੁਤ ਅਲੱਗ ਹੁੰਦੀਆਂ ਨੇ ਸੋ ਮੂਵੀਜ਼ ਦੇ ਵਿੱਚ ਕੰਮ ਕਰਨ ਦੇ ਲਈ ਆਪਾਂ ਨੂੰ ਨੌਲੇਜ ਹੋਣਾ ਐਕਟ ਬਾਰੇ ਤੁਸੀਂ ਕਿਤੋਂ ਕਲਾਸਿਸ ਨਹੀਂ ਲਿੱਤੀਆਂ ਐਕਟ ਬਾਰੇ ਨੌਲੇਜ ਹੋਣਾ ਸਿਰਫ ਤੁਹਾਡਾ ਤੁਸੀਂ ਫੋਲੋ ਕਿੰਨਾ ਨੂੰ ਕਰਦੇ ਹੋ ਤੁਹਾਡੇ ਕੋਈ ਆਈਡਲ ਤੁਹਾਡੀ ਆਈਡਲ ਹੀਰੋਇਨ ਕੌਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ਬਾਨਾ ਆਜ਼ਮੀ ਸੁਸ਼ਮਿਤਾ ਪਾਟਿਲ ਔਰ ਅੱਜ ਦੀ ਅਗਰ ਡੇਟ 'ਚ ਕਿਹਾ ਜਾਵੇ ਸੁਸ਼ਮਿਤਾ ਸਿੰਘ ਵਿਦਿਆ ਬਾਲਨ ਜਿਹੜੀਆਂ ਮੇਰੀਆਂ ਜਿਹਨਾਂ ਨੂੰ ਮੈਂ ਆਲਵੇਜ਼ ਦੇਖਦੀ ਹਾਂ ਵਾਚ ਕਰਦੀ ਹਾਂ ਹੈ ਨਾ ਕੋਸ਼ਿਸ਼ ਕਰਦੀ ਹਾਂ ਕਿ ਮੈਂ ਕਿਤੇ ਨਾ ਕਿਤੇ ਉਹਨਾਂ ਵਰਗੀ ਅਗਰ 1% ਵੀ ਹੋ ਜਾਂ ਤਾਂ ਮੈਨੂੰ ਲੱਗਦਾ ਕਿ ਮੇਰੇ ਲਈ ਬਹੁਤ ਵੱਡੀ ਉਹ ਅਚੀਵਮੈਂਟ ਹੋਏਗੀ ਲਾਈਫ ਦੇ ਵਿੱਚ ਕਿ ਮੈਂ ਉਹਨਾਂ ਦੀ ਥੋੜ੍ਹਾ ਬਹੁਤਾ ਉਹਨਾਂ ਨੂੰ ਫੋਲੋ ਕਰਕੇ ਆਪਣੇ ਆਪ 'ਚ ਉਹ ਗੱਲ ਲਿਆ ਸਕਾਂ ਬਾਕੀ ਰਹੀ ਗੱਲ ਐਕਟਿੰਗ ਸਿੱਖਣ ਦੀ ਤਾਂ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹਾਂ ਕਿ ਐਕਟਿੰਗ ਕਦੇ ਵੀ ਐਕਟਿੰਗ ਕੀਤੀ ਨਹੀਂ ਜਾਂਦੀ ਐਕਟਿੰਗ ਕਰਨੀ ਜਾਂ ਸਿੱਖਣੀ ਇੱਕ ਡਿਫਰੈਂਟ ਥਿੰਗਸ ਹੈਗੇ ਆ ਹੈ ਨਾ ਜਿਵੇਂ ਕਿ ਮੋਸਟਲੀ ਸਾਡੇ ਜਿਹੜੇ ਆਰਟਿਸਟ ਨੇ ਉਹ ਕਹਿੰਦੇ ਨੇ ਕਿ ਥੀਏਟਰ ਕੀਤਾ ਹੋਣਾ ਚਾਹੀਦਾ ਜੀ ਤੁਹਾਡਾ ਜੀ ਬਿਲਕੁਲ ਬਟ ਮੈਨੂੰ ਇਹ ਲੱਗਦਾ ਕਿ ਥੀਏਟਰ ਐਂਡ ਕਮਰਸ਼ੀਅਲ ਸਿਨੇਮਾ ਦੋਨੋਂ ਇੱਕ ਡਿਫਰੈਂਟ ਜ਼ੋਨਲ ਨੇ ਡਿਫਰੈਂਟ ਇੱਕ ਅਲੱਗ ਚੀਜ਼ ਹੈ ਥੀਏਟਰ ਨਾਲ ਕਮਰਸ਼ੀਅਲ ਸਾਡਾ ਸਿਨੇਮਾ ਮੈਚ ਨਹੀਂ ਕਰਦਾ ਸੋ ਜਿਹੜਾ ਸਾਡਾ ਸਿਨੇਮਾ ਆ ਉਹਦੇ ਵਿੱਚ ਐਕਟਿੰਗ ਚਾਹੀਦੀ ਹੀ ਨਹੀਂ ਸੋ ਜਿਵੇਂ ਦੇ ਤੁਸੀਂ ਨੈਚੁਰਲ ਹੋ ਉਹੀ ਤੁਸੀਂ ਕੈਮਰੇ ਦੇ ਉੱਤੇ ਹੋ ਸਕਰੀਨ ਦੇ ਉੱਤੇ ਹੋ ਉਹ ਜ਼ਿਆਦਾ ਲੋਕ ਪਸੰਦ ਕਰਦੇ ਜੀ ਬਿਲਕੁਲ ਮੈਮ ਇੱਕ ਕੁਐਸਚਨ ਕਰਨ ਲੱਗੀ ਹਾਂ
ਸਾਡੀ ਇੰਡਸਟਰੀ ਦੇ ਵਿੱਚ ਆਮ ਸਾਡੇ ਸੁਣਨ 'ਚ ਗੱਲ ਆਉਂਦੀ ਹੈ ਕਿ ਇੰਡਸਟਰੀ ਦੇ ਵਿੱਚ ਕੰਪਰੋਮਾਈਜ਼ ਕੰਡੀਸ਼ਨਸ ਬਹੁਤ ਨੇ, ਕਾਸਟਿੰਗ ਕੌਚ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੰਜਾਬੀ ਮੂਵੀ ਇੰਡਸਟਰੀ ਦੇ ਵਿੱਚ ਕਦੇ ਜ਼ਿੰਦਗੀ 'ਚ ਇੱਦਾਂ ਦੇ ਹਾਲਾਤ ਆਏ ਜਾਂ ਸਿਰਫ ਇੱਕ ਕਹਿਣ ਦੀਆਂ ਗੱਲਾਂ? ਨਹੀਂ, ਕਹਿਣ ਦੀਆਂ ਗੱਲਾਂ ਨਹੀਂ, ਇਹ ਰਿਐਲਿਟੀ ਹੈ, ਕਿਤੇ ਨਾ ਕਿਤੇ ਇਹ ਸੱਚ ਹੈਗਾ ਆ। ਜਦੋਂ ਮੈਂ ਵੀ ਆਈ ਸੀ ਮੈਨੂੰ ਇੰਡਸਟਰੀ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਸੀਗਾ, ਕਿਉਂਕਿ ਤੁਹਾਨੂੰ ਮੈਂ ਦੱਸਿਆ ਜਿਵੇਂ ਮੈਂ ਸੱਚ ਕਹਿੰਦੀ ਹੁੰਦੀ ਆਲਵੇਜ਼ ਵੀ, ਮੈਂ ਜਦੋਂ ਇੰਡਸਟਰੀ ਦੇ ਵਿੱਚ ਆਈ ਸੀ ਮੈਂ ਸਿਰਫ ਪੈਸੇ ਕਰਕੇ ਆਈ ਸੀ ਕਿ ਇਸ ਇੰਡਸਟਰੀ ਦੇ ਵਿੱਚ ਪੈਸਾ ਬਹੁਤ ਹੈ, ਹੈ ਨਾ। ਕਿਉਂਕਿ ਪਰ ਇਹ ਵੀ ਮੈਂ ਕਹਿੰਦੀ ਹਾਂ ਕਿ ਤੁਹਾਡੇ ਅੰਦਰ ਅਗਰ ਕੋਈ ਕਾਬਲੀਅਤ ਹੁੰਦੀ ਹੈ ਨਾ, ਅਗਰ ਮੈਂ ਅੱਜ ਆਰਟਿਸਟ ਬਣੀ ਹੈ ਤਾਂ ਮੇਰੇ ਅੰਦਰ ਉਹ ਆਰਟਿਸਟ ਕਿਤੇ ਨਾ ਕਿਤੇ ਬੈਠਾ ਸੀਗਾ। ਜੀ ਬਿਲਕੁਲ, ਉਹ ਆਰਟਿਸਟ ਹੀ ਮੈਨੂੰ ਉੱਥੇ ਲੈ ਕੇ ਆਇਆ, ਅਦਰਵਾਈਜ਼ ਮੇਰਾ ਇੱਕ ਉਹ ਬਹਾਨਾ ਬਣ ਗਿਆ ਵੀ ਹਾਂ ਜੀ ਮੈਂ ਤਾਂ ਪੈਸੇ ਕਰਕੇ ਆਈ ਹਾਂ, ਬਟ ਮੇਰਾ ਕਲਾਕਾਰ ਜਿਹੜਾ ਸੀਗਾ ਉਹ ਮੈਨੂੰ ਉਸ ਰਸਤੇ ਦੇ ਉੱਤੇ ਲੈ ਗਿਆ। ਜੀ ਬਿਲਕੁਲ, ਅੰਦਰ ਇੱਕ ਕਲਾਕਾਰ ਬੈਠਾ ਸੀ, ਸਿਰਫ ਉਹਨੂੰ ਜਗਾਉਣ ਦੀ ਜ਼ਰੂਰਤ ਸੀ ਜੋ ਤੁਸੀਂ ਜਗਾ ਲਿਆ। ਸੋ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਆਈ ਮੈਨੂੰ ਵੀ ਇਹ ਚੀਜ਼ਾਂ ਮੇਰੇ ਵੀ ਫੇਸ ਮੈਨੂੰ ਵੀ ਕਰਨੀਆਂ ਪਈਆਂ ਕਿਤੇ ਨਾ ਕਿਤੇ, ਮੈਨੂੰ ਵੀ ਲੋਕਾਂ ਨੂੰ ਇਹ ਚੀਜ਼ ਲੱਗੀ ਵੀ ਹਾਂਜੀ ਤੁਸੀਂ ਤਾਂ ਸੋਹਣੇ ਬਹੁਤ ਹੋ, ਤੁਸੀਂ ਤਾਂ ਫਲਾਣਾ ਬਹੁਤ ਹੋ, ਤੁਸੀਂ ਚਮਕਾਉਣਾ ਬਹੁਤ ਹੋ। ਬਟ ਜਦੋਂ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਆਪਣੀ ਫੀਮੇਲ ਆਰਟਿਸਟਾਂ ਨੂੰ ਕਿ ਜਦੋਂ ਤੁਹਾਨੂੰ ਸਮਝ ਆ ਜਾਏ ਦੈਨ ਫਿਰ ਵੀ ਤੁਸੀਂ ਉਹ ਗਲਤੀਆਂ ਕਰਦੇ ਹੋ ਤਾਂ ਤੁਹਾਡੇ ਵਰਗਾ ਬੇਵਕੂਫ ਕੋਈ ਇਨਸਾਨ ਨਹੀਂ ਹੁੰਦਾ। ਕਿਉਂਕਿ ਅਗਰ ਤੁਹਾਡੇ ਅੰਦਰ ਕੋਈ ਟੈਲੈਂਟ ਹੈਗਾ ਤਾਂ ਤੁਸੀਂ ਉਸ ਟੈਲੈਂਟ ਨੂੰ ਅੱਗੇ ਲਿਆ ਕੇ ਇੱਕ ਨਾ ਇੱਕ ਦਿਨ ਸਕਸੈਸ ਦੇਰ ਨਾਲ ਮਿਲਦੀ ਹੈ, ਬਟ ਮਿਲਦੀ ਜ਼ਰੂਰ ਹੈ, ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ, ਹੈ ਨਾ। ਸੋ ਸਕਰੀਨ 'ਤੇ ਆਉਣ ਲਈ ਇੰਨਾ ਐਕਸਾਈਟ ਨਹੀਂ ਹੋਣਾ ਚਾਹੀਦਾ। ਮੇਰੇ ਕਈ ਫੇਸਬੁੱਕ 'ਤੇ ਲਾਈਵ ਵੀਡੀਓ ਵੀ ਪਾਈ ਹੋਈ ਆ ਇਹਨਾਂ ਗੱਲਾਂ ਨੂੰ ਬੋਲ ਕੇ ਕਿ ਅਗਰ ਤੁਸੀਂ ਇੰਨੀਆਂ ਐਕਸਾਈਟ ਹੋ ਤੁਸੀਂ ਸਕਰੀਨ 'ਤੇ ਆਉਣ ਨੂੰ, ਯੰਗ ਜਿਹੜੀਆਂ ਕੁੜੀਆਂ ਨੇ ਉਹ ਕਾਫੀ ਕੁਛ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਇੰਡਸਟਰੀ ਕੰਪਰੋਮਾਈਜ਼ ਕਰਨ ਨੂੰ ਮਿਲਦੀ ਹੈ, ਬਟ ਕਈ ਵਾਰੀ ਅਸੀਂ ਇੰਨੇ ਐਕਸਾਈਟ ਹੋ ਜਾਂਦੇ ਹਾਂ ਕਿ ਅਸੀਂ ਖੁਦ ਕਹਿੰਦੇ ਹਾਂ ਵੀ ਸਾਡੇ ਨਾਲ ਜੋ ਮਰਜ਼ੀ ਕਰ ਲਓ। ਜੀ ਬਿਲਕੁਲ, ਬਟ ਸਾਨੂੰ ਸਕਰੀਨ ਦੇ ਉੱਤੇ ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਦੋਸ਼ੀ ਮੰਨਦੇ ਹਾਂ ਮੇਲ ਮੇਲ ਨੂੰ ਆਲਵੇਜ਼, ਹੈ ਨਾ, ਕਿ ਮੇਲ ਸਾਨੂੰ ਕਹਿੰਦਾ ਹੈ, ਬਟ ਅੱਜ ਕੱਲ੍ਹ ਤਾਂ ਫੀਮੇਲ, ਮੈਂ ਖੁਦ ਮੈਂ ਫੀਮੇਲ ਹਾਂ, ਬਟ ਮੈਂ ਕਹਿਣਾ ਚਾਹੁੰਦੀ ਹਾਂ ਕਿ ਫੀਮੇਲ ਖੁਦ ਇਹੋ ਜਿਹੀ ਅਸੀਂ ਖੁਦ ਆਫਰ ਦੇ ਰਹੇ ਹਾਂ ਡਾਇਰੈਕਟਰਸ ਨੂੰ, ਪ੍ਰੋਡਿਊਸਰਸ ਨੂੰ, ਤੁਸੀਂ ਉੱਥੇ ਕੀ ਕਹੋਗੇ? ਔਰ ਇੰਡਸਟਰੀ ਨੂੰ ਹੀ ਮਾੜਾ ਕਿਉਂ ਕਿਹਾ ਜਾਂਦਾ? ਮੈਂ ਆਲਵੇਜ਼ ਇਹ ਵੀ ਗੱਲ ਕਹਿੰਦੀ ਹੁੰਦੀ ਹਾਂ ਕਿ ਫਿਲਮ ਇੰਡਸਟਰੀ ਨੂੰ ਮਾੜਾ ਕਿਉਂ ਕਿਹਾ ਜਾਂਦਾ? ਔਰਤ ਲਈ ਕੋਈ ਵੀ ਇੰਡਸਟਰੀ ਚੰਗੀ ਨਹੀਂ ਹੈ। ਔਰਤ ਕਿਤੇ ਵੀ ਚੱਲ ਜਾਏ ਉਹਨੂੰ ਉਹ ਅੱਖਾਂ ਵੀ ਮਿਲਦੀਆਂ, ਉਹ ਲੋਕ ਵੀ ਮਿਲਦੇ ਆ, ਔਰਤ ਲਈ ਕੋਈ ਇੰਡਸਟਰੀ ਚੰਗੀ ਨਹੀਂ ਹੈ। ਉਹ ਜਿੱਥੇ ਮਰਜ਼ੀ ਜਾਵੇ ਡਿਪੈਂਡਸ ਔਨ ਯੂ, ਡਿਪੈਂਡ ਕਰਦਾ ਤੁਹਾਡੇ ਆਪਣੇ ਦੇ ਉੱਤੇ ਵੀ ਤੁਸੀਂ ਕਿਵੇਂ ਕੰਮ ਕਰਨਾ ਚਾਹੁੰਦੇ ਹੋ ਇੰਡਸਟਰੀ ਦੇ ਵਿੱਚ। ਸੋ ਇਹ ਗੱਲ ਮੈਨੂੰ ਨਹੀਂ ਲੱਗਦੀ ਹੁੰਦੀ ਕਿਤੇ ਨਾ ਕਿਤੇ ਇਹ ਚੀਜ਼ਾਂ ਬਸ ਇਹ ਦੁਨੀਆਦਾਰੀ ਹੈ, ਬਣੀਆਂ ਕਹੀ ਜਾਂਦੇ ਆ, ਬੋਲੀ ਜਾਂਦੀ ਹੈ, ਡਿਪੈਂਡਸ ਕਰਦਾ ਤੁਹਾਡੇ ਆਪਣੇ ਦੇ ਉੱਤੇ ਵੀ ਤੁਸੀਂ ਕੰਮ ਕਿਵੇਂ ਕਰਦੇ ਹੋ। ਜੀ ਬਿਲਕੁਲ, ਹਰ ਇੰਡਸਟਰੀ ਦੇ ਵਿੱਚ ਇਹ ਚੀਜ਼ਾਂ ਨੂੰ ਫੇਸ ਕਰਨਾ ਪੈਂਦਾ ਆ। ਸੋ ਤੁਹਾਡੇ ਨਾਲ ਕਦੇ ਇੱਦਾਂ ਦਾ ਕੁਛ ਨਹੀਂ ਵਾਪਰਿਆ? ਨਹੀਂ, ਮੇਰੇ ਨਾਲ ਇਹੋ ਜਿਹਾ ਕੁਛ ਨਹੀਂ ਹੋਇਆ, ਕਿਉਂਕਿ ਮੈਂ ਵੈਸੇ ਬਹੁਤ ਸਟ੍ਰੇਟ ਫਾਰਵਰਡ ਹਾਂ, ਬਹੁਤ ਮੇਰੀ ਇੰਡਸਟਰੀ ਦੇ ਵਿੱਚ ਇਹ ਗੱਲ ਮੰਨੀ ਹੋਈ ਹੈ ਵੀ ਇਹ ਜੋ ਦਿਲ 'ਚ ਹੁੰਦਾ ਉਹ ਕਹਿ ਦਿੰਦੀ ਹਾਂ, ਮੈਂ ਹਮੇਸ਼ਾ ਹੀ ਕਹਿ ਦਿੰਦੀ ਹਾਂ। ਕਿਤੇ ਨਾ ਕਿਤੇ ਬੁਰੀਆਂ ਜ਼ਰੂਰ ਲੱਗਦੀਆਂ ਉਹ ਗੱਲਾਂ ਲੋਕਾਂ ਨੂੰ, ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੋ ਸੱਚ ਉਹ ਕਹਿਣਾ ਚਾਹੀਦਾ। ਮੈਂ ਤੁਹਾਡੇ ਨਾਲ ਗੱਲਾਂ ਬਾਤਾਂ 'ਤੇ ਚੱਲ ਰਹੀਆਂ ਨੇ, ਸੱਚਮੁੱਚ ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਨ ਦਾ। ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਚਾਹੂੰਗੀ ਕਿ ਤੁਹਾਡੀਆਂ ਸੋਸ਼ਲ ਮੀਡੀਆ 'ਤੇ ਕਾਫੀ ਪਿਕਸ ਦੇਖੀਆਂ ਜਾਂਦੀਆਂ ਨੇ ਅਲੱਗ ਅਲੱਗ ਪੋਲੀਟੀਕਲ ਬੰਦਿਆਂ ਦੇ ਨਾਲ, ਪੋਲੀਟਿਕਸ ਦੇ ਨਾਲ ਰਿਲੇਟਡ ਜੁੜੇ ਹੋਏ ਪਰਸਨਸ ਦੇ ਨਾਲ ਤੁਹਾਨੂੰ ਦੇਖਿਆ ਜਾਂਦਾ ਹੈ। ਪੋਲੀਟਿਕਸ ਦੇ ਵਿੱਚ ਪੈਰ ਰੱਖਣ ਬਾਰੇ ਕੀ ਵਿਚਾਰ ਹੈ ਤੁਹਾਡਾ? ਪੋਲੀਟੀਕਲ ਜੁਆਇਨ ਕਰਨਾ ਇੱਕ ਅਲੱਗ ਚੀਜ਼ ਹੈ, ਮੈਂ ਸੋਚਦੀ ਨਹੀਂ ਹੈਗੀ ਕਿ ਮੈਂ ਜੁਆਇਨ ਕਰਨਾ, ਬਟ ਹਾਂ ਸਾਈਡ 'ਤੇ ਰਹਿ ਕੇ ਤੁਸੀਂ ਕਈ ਵਾਰੀ ਬਹੁਤ ਕੁਝ ਕੰਮ ਕਰ ਸਕਦੇ ਹੋ। ਜਿਵੇਂ ਕਿ ਕੁਝ ਸਾਲ ਪਹਿਲਾਂ ਇੱਕ ਆਪਣਾ ਬਠਿੰਡਾ ਦਾ ਕਾਂਡ ਹੋਇਆ ਸੀ, ਡਾਂਸਰ ਜਿਹੜੀ ਕੁੜੀ ਆਪਣੀ ਇੱਕ ਕੁਲਵਿੰਦਰ ਦੀ ਡੈਥ ਹੋਈ ਸੀ, ਸੋ ਉਹਦੇ ਲਈ ਮੈਂ ਬੋਲ ਕੇ ਇੱਕ ਵੀਡੀਓ ਪਾਈ ਸੀਗੀ। ਮੈਨੂੰ ਬਹੁਤ ਦੁੱਖ ਲੱਗਾ ਜਦੋਂ ਮੈਂ ਉਹ ਵੀਡੀਓ ਜਿੰਨੀ ਵਾਰੀ ਵੀ ਆਪਣਾ ਟੀ ਵੀ ਦੇ ਉੱਤੇ ਦੇਖੀ ਉੰਨੀ ਵਾਰੀ ਸ਼ਾਇਦ ਮੈਂ ਰੋਈ ਉਸ ਵੀਡੀਓ ਨੂੰ ਦੇਖ ਕੇ। ਫਿਰ ਮੈਨੂੰ ਬਹੁਤ ਗੁੱਸਾ ਆਇਆ, ਆਲਵੇਜ਼ ਜਿਵੇਂ ਮੈਂ ਆਪਣੇ ਬਾਰੇ ਦੱਸਿਆ ਕਿ ਮੈਂ ਬਹੁਤ ਸਟ੍ਰੇਟ ਫਾਰਵਰਡ ਹਾਂ, ਜਿਹੜੀ ਗੱਲ ਹੁੰਦੀ ਹੈ ਕਹਿਣਾ ਚਾਹੁੰਦੀ ਹਾਂ ਉਹ। ਸੋ ਕਈ ਵਾਰੀ ਪੋਲੀਟੀਕਲਸ ਆਫਰਸ ਆਉਂਦੀਆਂ ਨੇ ਮੈਨੂੰ ਕਿ ਐਜ਼ ਏ ਸਪੋਕਸਮੈਨ ਅਸੀਂ ਤੁਹਾਨੂੰ ਜੁਆਇਨ ਕਰਵਾਉਂਦੇ ਹਾਂ, ਬਟ ਹਜੇ ਕਿਉਂਕਿ ਮੈਂ ਫਿਲਮਸ ਔਰ ਟਾਰਗੇਟ ਮੇਰਾ ਜਿਵੇਂ ਮੈਂ ਦੱਸਿਆ ਮੇਰਾ ਸਿਨੇਮਾ ਜ਼ਿਆਦਾ ਪ੍ਰੈਫਰੈਂਸ ਦੇ ਰਹੀ ਹਾਂ ਮੈਂ, ਸੋ ਪੋਲੀਟੀਕਲ ਬਾਰੇ ਹਜੇ ਕੁਛ ਕਨਫਰਮ ਨਹੀਂ ਕਹਿ ਸਕਦੇ ਆਪਾਂ, ਬਟ ਆਉਣ ਵਾਲੇ ਟਾਈਮ 'ਚ ਦੇਖੋ ਕਿਵੇਂ ਦੇ ਹਾਲਾਤ ਬਣਦੇ ਆ ਜਾਂ ਕੀ ਹੁੰਦਾ ਫਿਰ ਦੇਖਾਂਗੇ। ਜੀ ਮੈਮ, ਮੂਵੀਜ਼ ਦੀ ਗੱਲ ਕਰੀਏ, ਤੁਹਾਡਾ ਮੇਨ ਟਾਰਗੇਟ ਮੂਵੀ ਹੈ, ਤੁਸੀਂ ਹੁਣ ਵੀ ਦੱਸਿਆ ਕਿ ਮੇਰੇ ਲਈ ਜੋ ਵੀ ਹੈਗਾ ਸਭ ਕੁਛ ਪਹਿਲਾਂ ਫੈਮਿਲੀ, ਫੈਮਿਲੀ ਤੋਂ ਦੂਸਰੀ ਚੋਇਸ ਮੇਰੀ ਹੈ ਅਤੇ ਓਨਲੀ ਸਿਨੇਮਾ। ਮੂਵੀਜ਼ ਦੇ ਵਿੱਚ ਤੁਹਾਡੀਆਂ ਹੁਣ ਤੱਕ ਕਾਫੀ ਮੂਵੀਜ਼ ਆ ਚੁੱਕੀਆਂ, ਮਿਨੀਮਮ 25 ਦੇ ਨੀਅਰ ਬਹੁਤ ਤੁਹਾਡੀਆਂ ਮੂਵੀਜ਼ ਆ ਚੁੱਕੀਆਂ, ਕਾਫੀ ਪ੍ਰੋਜੈਕਟ ਤੁਹਾਡੇ ਜਿਹੜੇ ਆ ਉਹ ਵੀ ਰੈਡੀ ਨੇ, ਬਿਲਕੁਲ ਜਲਦੀ ਸਾਰਿਆਂ ਦੇ ਨਾਲ ਹੋਣਗੇ, ਸਾਰਿਆਂ ਦੇ ਹਾਜ਼ਰ ਹੋਣਗੇ ਸਿਨੇਮਾ ਘਰਾਂ ਦੀ ਸਕਰੀਨ 'ਤੇ ਹੋਣਗੇ। ਮੈਮ, ਜਿਵੇਂ ਅਸੀਂ ਮੂਵੀਜ਼ ਦੀ ਗੱਲ ਕਰਦੇ ਹਾਂ, ਮੂਵੀਜ਼ ਵਰਕ ਦੀ ਗੱਲ ਕਰਦੇ ਹਾਂ, ਸੋ ਕੰਟਰੋਵਰਸੀ ਦੀ ਗੱਲ ਕਰਦੇ ਹਾਂ, ਜਿਵੇਂ ਜਿਹੜੀ ਤੁਹਾਡੀ ਮੂਵੀ ਆਈ ਸੀ
ਉਹਦੇ ਵਿੱਚ ਜਿਹੜੇ ਦੇ ਰਾਈਟਰ ਸੀਗੇ ਉਹਨਾਂ ਨੂੰ ਕਾਫੀ ਧਮਕੀਆਂ ਆਈਆਂ, ਕਾਫੀ ਕਾਲਸ ਆਈਆਂ, ਔਰ ਜਿਹੜਾ ਮਾਮਲਾ ਸੀਗਾ ਉਹ ਤੁਹਾਡੇ ਤੇ ਆ ਕੇ ਹੀ ਕਲੋਜ਼ ਹੋਇਆ ਸੀ। ਤੁਸੀਂ ਇੱਦਾਂ ਦਾ ਕੀ ਕੀਤਾ ਸੀ ਕਿ ਉਹ ਤੁਸੀਂ ਉਸ ਮਾਮਲੇ ਨੂੰ ਇੱਕ ਕਾਲ ਦੇ ਨਾਲ ਹੀ ਬਿਲਕੁਲ ਫਿਨਿਸ਼ ਕਰ ਦਿੱਤਾ? ਐਕਚੁਲੀ ਉਹ ਕਲਿੱਪ ਇੰਨਾ ਕੁ ਵਾਇਰਲ ਹੋ ਚੁੱਕਾ ਸੀਗਾ, ਫੌਜੀਆਂ ਨੇ ਇੰਨਾ ਕੁ ਮਤਲਬ ਉਸ ਉਹਨੂੰ ਇੱਕ ਇਸ਼ੂ ਕ੍ਰੀਏਟ ਕਰ ਦਿੱਤਾ ਸੀਗਾ ਕਿ ਜਿੱਦਾਂ ਉਹਨਾਂ ਨੇ ਰੀਅਲ ਔਰ ਰੀਅਲ ਲਾਈਫ ਨੂੰ ਜੋੜ ਦਿੱਤਾ ਉਸ, ਅਗਰ ਆਪਾਂ ਕਲਿੱਪ ਬਾਰੇ ਗੱਲ ਕਰਦੇ ਹਾਂ। ਅਤੇ ਪ੍ਰਿੰਸ ਕਮਲ ਜੀ ਜਿਨ੍ਹਾਂ ਨੇ ਇਹ ਉਹਦੇ ਉਸ ਫਿਲਮ ਦੇ ਰਾਈਟਰ ਸੀਗੇ, ਜਿਨ੍ਹਾਂ ਨੇ ਇਹ ਸੀਨ ਲਿਖਿਆ ਸੀਗਾ, ਤਾਂ ਉਹਨਾਂ ਨੂੰ ਬਹੁਤ ਫੌਜੀਆਂ ਨੇ ਫੋਨ ਕੀਤੇ ਔਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਇੱਦਾਂ ਕਰ ਦਾਂਗੇ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਤੁਹਾਡੀਆਂ ਜਿਹੜੀਆਂ ਘਰ ਦੀਆਂ ਉਹਨਾਂ ਦੀਆਂ ਔਰਤਾਂ ਸੀਗੀਆਂ ਉਹਨਾਂ ਬਾਰੇ ਬਹੁਤ ਗਲਤ ਬੋਲਿਆ, ਉਹਨਾਂ ਦੀਆਂ ਬੇਟੀਆਂ ਨੂੰ ਬਹੁਤ ਗਲਤ ਬੋਲਿਆ। ਅਤੇ ਇਹਨਾਂ ਨੇ ਸਾਰੀ ਟੀਮ ਨੇ ਮਤਲਬ ਐਂਡ ਮੂਮੈਂਟ ਤੱਕ ਇਹ ਨਹੀਂ ਦੱਸਿਆ ਸੀਗਾ ਕਿ ਇਹ ਜਿਹੜੀ ਆਰਟਿਸਟ ਪਲੇ ਕੀਤਾ ਸੀ ਜਿਹਨੇ ਇਹ ਕੈਰੈਕਟਰ, ਕਿ ਉਹ ਪੰਜਾਬ ਦੀ ਹੈ। ਇਹਨਾਂ ਨੇ ਇਹ ਕਹਿਤਾ ਕਿ ਇਹ ਬੰਬੇ ਦੀ ਆਰਟਿਸਟ ਸੀਗੀ। ਜਦੋਂ ਫਿਰ ਇਹ ਸਾਰਾ ਮਸਲਾ ਨਹੀਂ ਹੱਲ ਹੋ ਰਿਹਾ ਸੀਗਾ, ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਵੀ ਪ੍ਰਿੰਸ ਜੀ ਤੁਸੀਂ ਕਿਉਂ ਮੇਰਾ ਨੰਬਰ ਨਹੀਂ ਦਿੰਦੇ ਉਹਨਾਂ ਨੂੰ, ਫੌਜੀਆਂ ਨੂੰ ਤੁਸੀਂ ਕਿਉਂ ਨੰਬਰ ਨਹੀਂ ਦਿੰਦੇ ਹੈਗੇ ਮੇਰਾ, ਵੀ ਇੱਕ ਵਾਰੀ ਤੁਸੀਂ ਉਹਨਾਂ ਨੂੰ ਦਿਓ, ਮੈਂ ਉਹਨਾਂ ਨਾਲ ਆਪ ਹੀ ਗੱਲ ਕਰਦੀ ਹਾਂ। ਫਿਰ ਜਦੋਂ ਉਹਨਾਂ ਨੇ ਨੰਬਰ ਦੇ ਦਿੱਤਾ ਅਤੇ ਮੈਨੂੰ ਉਹਨਾਂ ਦਾ ਫੋਨ ਆਇਆ, ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਉਹ ਕਹਿੰਦੇ ਜੀ ਤੁਸੀਂ ਇਹ ਕੈਰੈਕਟਰ ਕੀਤਾ, ਤੁਸੀਂ ਬਹੁਤ ਗਲਤ ਕੀਤਾ। ਸੋ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਦੇਖੋ ਜੀ ਤੁਸੀਂ ਔਰਤ ਦੇ ਰਿਸਪੈਕਟ ਬਾਰੇ ਉਹ ਗੱਲ ਕਰ ਰਹੇ ਸੀ, ਹੈ ਨਾ, ਤਾਂ ਅਗਰ ਉਹ 10 ਮਿੰਟ ਦੀ ਕਲਿੱਪ ਤੁਸੀਂ ਸੁਣੋਗੇ, ਉਹਦੇ ਵਿੱਚ ਫੌਜੀਆਂ ਨੇ ਉਹਨਾਂ ਦੀਆਂ ਔਰਤਾਂ ਨੂੰ, ਉਹਨਾਂ ਦੀਆਂ ਬੇਟੀਆਂ ਨੂੰ ਬਹੁਤ ਕੁਝ ਗਲਤ ਬੋਲਿਆ, ਤਾਂ ਮੈਂ ਉਹਨਾਂ ਨੂੰ ਇੱਕੋ ਸਵਾਲ ਪੁੱਛਿਆ, ਮੈਂ ਕਿਹਾ ਵੀ ਤੁਸੀਂ ਗੱਲ ਕਰਦੇ ਹੋ ਔਰਤ ਦੀ ਰਿਸਪੈਕਟ ਦੀ, ਤਾਂ ਜੋ ਕੁਛ ਤੁਸੀਂ ਬੋਲ ਰਹੇ ਹੋ ਉੱਥੇ ਔਰਤ ਦੀ ਰਿਸਪੈਕਟ ਕਿੱਥੇ ਗਈ? ਜੀ ਬਿਲਕੁਲ, ਠੀਕ ਹੈ। ਫਿਰ ਅਗਰ ਆਪਾਂ ਇੱਕ ਫੌਜਣ ਨਾਲ ਉਹਨੂੰ ਰਿਲੇਟ ਕਰਤਾ, ਰੀਅਲ ਲਾਈਫ ਦੇ ਨਾਲ ਉਹਨੂੰ ਰਿਲੇਟ ਕਰ ਦਿੱਤਾ, ਤਾਂ ਇੱਕ ਫਿਲਮ ਆਈ ਸੀਗੀ ਅਕਸ਼ੇ ਕੁਮਾਰ ਦੀ, ਜਿਹਦੇ ਵਿੱਚ ਡਾਇਲੋਗ ਉਹਨਾਂ ਨੇ ਬੋਲਿਆ ਸੀਗਾ, ਫੌਜੀ ਫੌਜ ਮੇਂ ਫੌਜਣ ਮੌਜ ਮੇਂ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਕੁਅਲੀ ਲੈਵਲ ਦੇ ਡਾਇਲੋਗ ਸੀਗੇ, ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਬਟ ਉੱਥੇ ਕੋਈ ਕੰਟਰੋਵਰਸੀ ਨਹੀਂ ਹੋਈ ਕਿਉਂਕਿ ਉਹ ਅਕਸ਼ੇ ਦੀ ਫਿਲਮ ਸੀਗੀ ਸ਼ਾਇਦ, ਹੈ ਨਾ, ਉਸ ਫਿਲਮ, ਉਹ ਬਾਲੀਵੁੱਡ ਦਾ ਬਹੁਤ ਵੱਡਾ ਸਟਾਰ ਹੈ, ਉਹਦੇ ਲਈ ਕੋਈ ਕਿਸੇ ਨੇ ਓਬਜੈਕਟ ਨਹੀਂ ਕੀਤਾ, ਉੱਥੇ ਕੋਈ ਫੌਜੀ ਨਹੀਂ ਬੋਲਿਆ, ਕਿਸੇ ਨੇ ਕੋਈ ਫੋਨ ਨਹੀਂ ਕੀਤਾ, ਬਟ ਇੱਥੇ ਪੰਜਾਬ ਦੇ ਵਿੱਚ ਇੱਕ ਬਹੁਤ ਰੌਲਾ ਪੈ ਗਿਆ ਜਦੋਂ ਵੀ ਸ਼ਰਾਬ ਪੀ ਕੇ ਉਹ ਰਾਤ ਨੂੰ ਫੋਨ ਕਰ ਲੈਂਦੇ ਸੀਗੇ ਅਤੇ ਗਾਲਾਂ ਗੁਲਾਂ ਕੱਢਦੇ ਸੀਗੇ। ਤਾਂ ਫਿਰ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀਗੀ, ਮੈਂ ਕਿਹਾ ਵੀ ਤੁਸੀਂ ਆਪਾਂ ਇੱਦਾਂ ਕਰਦੇ ਹਾਂ, ਮੈਂ ਨੈਸ਼ਨਲ ਲੈਵਲ 'ਤੇ ਕਾਨਫਰੰਸ ਰੱਖਦੀ ਹਾਂ, ਅਤੇ ਤੁਸੀਂ ਜਿੰਨੇ ਵੀ ਫੌਜੀ ਜਿਨ੍ਹਾਂ ਨੂੰ ਓਬਜੈਕਸ਼ਨ ਹੈਗਾ ਉਹ ਸਾਰੇ ਆ ਜਾਓ, ਹੈ ਨਾ, ਤਾਂ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦੂੰਗੀ, ਵੀ ਐਜ਼ ਏ ਮੇਲ ਤੁਹਾਡੇ ਜਿਹੜੇ ਕੁਐਸਚਨ ਹੋਣਗੇ ਮੈਂ ਆਨਸਰ ਕਰੂੰਗੀ, ਬਟ ਐਜ਼ ਏ ਵਿਮੈਨ ਜਿਹੜੇ ਮੈਂ ਤੁਹਾਡੇ ਅੱਗੇ ਸਵਾਲ ਜਵਾਬ ਰੱਖ ਦੂੰਗੀ, ਸ਼ਾਇਦ ਤੁਹਾਨੂੰ ਜਵਾਬ ਨਹੀਂ ਆਉਣਗੇ। ਜੀ ਬਿਲਕੁਲ, ਜਦੋਂ ਅਸੀਂ ਕਿਸੇ ਨੂੰ ਫੋਨ ਕਾਲ 'ਤੇ ਗਾਲਾਂ ਕੱਢ ਦਿੰਦੇ ਹਾਂ, ਕਿਸੇ ਨੂੰ ਅਸੀਂ ਕਿਸੇ ਦੀ ਮਾਂ ਭੈਣ 'ਤੇ ਗਾਲ ਲਗਾ ਦਿੰਦੇ ਹਾਂ, ਉਹਦੇ ਨਾਲੋਂ ਉੱਤੇ ਇੱਕ ਇੰਟਰਟੇਨ ਦੇ ਲਈ ਇੱਕ ਡਾਇਲੈਕਟ ਸੀ ਜੋ ਵਾਇਰਲ ਹੋ ਗਿਆ, ਉਹ ਅਲੱਗ ਮੈਟਰ ਸੀ। ਰੀਅਲ ਲਾਈਫ ਔਰ ਰੀਅਲ ਲਾਈਫ ਨੂੰ ਉਹਨਾਂ ਨੇ ਜੋੜ ਦਿੱਤਾ ਜੀ, ਉਹਨਾਂ ਨੇ ਜੋੜ ਦਿੱਤਾ ਬਿਲਕੁਲ। ਮੈਮ ਜਿਵੇਂ ਗੱਲ ਕੀਤੀ ਅਸੀਂ ਕਿ ਅਗਰ ਅਕਸ਼ੇ ਕੁਮਾਰ ਦੀ ਮੂਵੀ ਹੁੰਦੀ ਤਾਂ ਇਹ ਕੰਟਰੋਵਰਸੀ ਨਹੀਂ ਸੀ ਹੋਣੀ, ਔਰ ਇਹ ਪੰਜਾਬ ਦੀ ਮੂਵੀ ਸੀ, ਪੰਜਾਬੀ ਇੰਡਸਟਰੀ ਦੀ ਮੂਵੀ ਸੀ, ਉਹਦੇ ਕਾਰਨ ਇਹ ਕੰਟਰੋਵਰਸੀ ਹੋਈ। ਮੈਮ ਇਸ ਗੈਪ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਜੋ ਬਾਲੀਵੁੱਡ ਔਰ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਗੈਪ ਹੈ, ਔਰ ਤੁਹਾਡਾ ਬਾਲੀਵੁੱਡ ਦੇ ਵੱਲ ਮੂਵ ਕਰਨ ਦੇ ਲਈ ਕਦੇ ਔਫਰਸ ਆਈਆਂ ਹੋਣ, ਜਾਂ ਤੁਸੀਂ ਕਦੇ ਸੋਚਿਆ ਹੋਵੇ ਕਿ ਮੈਂ ਬਾਲੀਵੁੱਡ ਜਾਣਾ ਹੈ, ਉਹਦੇ ਬਾਰੇ ਕੀ ਵਿਚਾਰ ਆ? ਦੇਖੋ ਜਿਹੜਾ ਮੇਰਾ ਡ੍ਰੀਮ ਹੈਗਾ ਉਹ ਹਰ ਆਰਟਿਸਟ ਦਾ ਹੀ ਹੁੰਦਾ, ਮੈਨੂੰ ਲੱਗਦਾ ਪੰਜਾਬ 'ਚ ਜਿੰਨੇ ਵੀ ਆਰਟਿਸਟ ਨੇ, ਮੈਨੂੰ ਲੱਗਦਾ ਹਰ ਇੱਕ ਦਾ ਇਹ ਸੁਪਨਾ ਹੋਊਗਾ ਕਿ ਕਿਤੇ ਨਾ ਕਿਤੇ ਉਹ ਬਾਲੀਵੁੱਡ ਦਾ ਕੋਈ ਪ੍ਰੋਜੈਕਟ ਇਹੋ ਜਿਹਾ ਕਰਨ ਜਿੱਥੇ ਕਿ ਉਹਨਾਂ ਦੀ ਇੱਕ ਸਟੈਪ ਉਹ ਹੋਰ ਉੱਪਰ ਜਾਣ। ਸੋ ਮੇਰਾ ਵੀ ਹੈਗਾ, ਖੈਰ ਮੈਂ ਤਾਂ ਇੱਕ ਜਿਹੜੀ ਫੋਲੋ ਹੀ ਬਾਲੀਵੁੱਡ ਨੂੰ ਕਰਦੀ ਹਾਂ, ਪੰਜਾਬੀ ਸਿਨੇਮਾ ਨੂੰ ਮੈਂ ਬਹੁਤ ਘੱਟ ਦੇਖਦੀ ਹਾਂ, ਜਿਵੇਂ ਕਹਿ ਸਕਦੇ ਹਾਂ ਕੰਮ ਜ਼ਰੂਰ ਕਰਦੀ ਹਾਂ, ਬਟ ਜਿਹੜਾ ਮੇਰੇ ਮਾਇੰਡ ਦੇ ਵਿੱਚ ਬੈਠਾ ਹੋਇਆ ਉਹ ਬਾਲੀਵੁੱਡ ਸਿਨੇਮਾ ਹੀ ਹੈਗਾ, ਔਰ ਮੇਰਾ ਜੋ ਐਕਟ ਕਰਨ ਦਾ ਇੱਕ ਆਪਣਾ ਸਟਾਈਲ ਹੈ ਉਹ ਵੀ ਹੀ ਉਹਨਾਂ ਦੇ ਨਾਲ ਹੀ ਕਿਤੇ ਨਾ ਕਿਤੇ ਉਹ ਜੁੜਦਾ ਹੈ। ਸੋ ਬਾਲੀਵੁੱਡ ਜਾਣ ਦਾ ਇੱਕ ਬਹੁਤ ਵੱਡਾ ਸੁਪਨਾ ਮੇਰਾ ਵੀ ਹੈਗਾ। ਮੈਮ ਜਦ ਤੁਸੀਂ ਪੰਜਾਬੀ ਇੰਡਸਟਰੀ 'ਚ ਕੰਮ ਕਰ ਰਹੇ ਹੋ ਔਰ ਬਾਲੀਵੁੱਡ ਹੀਰੋਇਨਸ ਨੂੰ ਤੁਸੀਂ ਫੋਲੋ ਕਰਦੇ ਹੋ, ਤੁਹਾਡਾ ਨਾਮ ਵੀ ਮਧੂਬਾਲਾ ਹੈ, ਸੋ ਇੱਕ ਤਾਂ ਤੁਹਾਡੀ ਵੈਸੇ ਬੜੀ ਸੋਹਣੀ ਮਾਸ਼ਾ ਅੱਲਾਹ ਕਿਆ ਬਾਤ ਆ, ਮੈਂ ਲੱਗਦਾ ਜਦੋਂ ਤੁਸੀਂ ਅਨਮੈਰਿਡ ਸੀ ਉਦੋਂ ਸੱਚੀ ਮੁੱਚੀ ਇੱਕ ਨਾ ਪੂਰਾ ਜਿਵੇਂ ਅਸੀਂ ਪੰਜਾਬੀ 'ਚ ਬੰਬ ਕਹਿ ਦਿੰਦੇ ਹੋਣੇ ਆ, ਤੁਸੀਂ ਸੱਚੀ ਬਹੁਤ ਸੋਹਣੀ ਆ। ਸੋ ਮੈਮ ਡ੍ਰੀਮ ਹੀਰੋ ਕੌਣ ਹੈ, ਕਿਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੇ? ਸਪਨਾ ਹੋਵੇ ਕਿ ਮੈਂ ਇਸ ਹੀਰੋ ਦੇ ਨਾਲ ਕੰਮ ਕਰਨਾ। ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਗੁਰਦਾਸ ਮਾਨ ਸਾਹਿਬ ਨਾਲ ਕੰਮ ਕਰਨਾ ਚਾਹੁੰਦੀ ਹਾਂ, ਬੱਬੂ ਮਾਨ ਜੀ ਨਾਲ ਕੰਮ ਕਰਨਾ ਚਾਹੁੰਦੀ ਹਾਂ। ਦੋਨਾਂ ਦੇ ਨਾਲ ਮੇਰਾ ਇੱਕ ਹੈਗਾ ਕਿ ਮੈਂ ਮੇਰਾ ਇੱਕ ਸੁਪਨਾ ਪੂਰਾ ਹੋਏਗਾ ਜਿਸ ਦਿਨ ਮੈਂ ਇਹਨਾਂ ਦੋਨਾਂ ਹੀਰੋਜ਼ ਦੇ ਨਾਲ ਫਿਲਮ ਕਰੂੰਗੀ। ਜੀ ਬਿਲਕੁਲ, ਮੈਮ ਇਹ ਤੁਹਾਡਾ ਸੁਪਨਾ, ਅਤੇ ਰੱਬ ਕਰੇ ਤੁਹਾਡਾ ਸੁਪਨਾ ਬਹੁਤ ਜਲਦੀ ਪੂਰਾ ਹੋਵੇ। ਸੋ ਮੈਮ ਇਨ ਮੂਵੀ ਇੰਡਸਟਰੀ ਦੀ ਗੱਲ ਕਰੀਏ ਤਾਂ ਕਦੇ ਸੈੱਟ 'ਤੇ ਕਿਸੇ ਡਾਇਰੈਕਟਰ ਦੇ ਨਾਲ, ਚਾਹੇ ਕਿਸੇ ਪ੍ਰੋਡਿਊਸਰ ਦੇ ਨਾਲ ਤੁਹਾਡੀ ਫਾਈਟ ਹੋਈ ਹੋਵੇ, ਕਦੇ ਗੁੱਸਾ ਆਇਆ ਹੋਵੇ ਕਿ ਹਾਂ ਯਾਰ ਮੈਨੂੰ
ਆਲਵੇਸ ਹੋ ਜਾਂਦਾ ਗੁੱਸੇ ਗਿੱਲੇ ਬਣ ਜਾਂਦੇ ਕਹਿੰਦੇ ਜਦੋਂ ਆਪਾਂ ਕਿਸੇ ਸੈੱਟ ਦੇ ਉੱਤੇ ਜਾਂਦੇ ਹਾਂ ਤਾਂ ਉਹ ਇੱਕ ਆਪਣਾ ਨਾ ਪਰਿਵਾਰ ਲੱਗਦਾ ਹੁੰਦਾ ਮੈਨੂੰ ਵੀ ਇਸ ਪਰਿਵਾਰ ਦੇ ਵਿੱਚ ਇੱਕ ਆਪਾਂ ਇੱਕ ਕੰਮ ਕਰ ਰਹੇ ਹਾਂ ਔਰ ਜੇ ਉੱਥੇ ਆਪਾਂ ਨੂੰ ਕਿਸੇ ਨਾਲ ਕੁਛ ਕਹਿਣਾ ਪੈਂਦਾ ਚੰਗੀ ਮਾੜੀ ਗੱਲ ਕਹਿਣੀ ਪੈਂਦੀ ਹੈ ਤਾਂ ਮੈਨੂੰ ਲੱਗਦਾ ਕਹਿ ਦੇਣੀ ਚਾਹੀਦੀ ਹੈ ਕਿਉਂਕਿ ਉਹ ਇੱਕ ਆਪਣਾ ਪਰਿਵਾਰ ਹੀ ਜਦੋਂ ਮੰਨ ਲਿਆ ਤਾਂ ਉਹ ਇੱਕ ਪ੍ਰੋਜੈਕਟ ਵੀ ਆਪਣਾ ਹੋ ਜਾਂਦਾ ਉਹ ਫਿਲਮ ਵੀ ਆਪਣੀ ਹੋ ਜਾਂਦੀ ਹੈ ਸੋ ਮੇਰੀ ਇੱਕ ਜਿਵੇਂ ਕਿ ਮੈਂ ਤੁਹਾਨੂੰ ਪਤਾ ਹੀ ਹੈ ਵੀ ਸਟ੍ਰੇਟ ਫਾਰਵਰਡ ਮੈਂ ਕਹਿ ਰਹੀ ਹਾਂ ਆਪਣੇ ਆਪ ਨੂੰ ਨਾ ਵੀ ਮੈਂ ਗੱਲ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰਦੀ ਸੋ ਐਵੇਂ ਹੀ ਹੁੰਦਾ ਮੈਂ ਕਹਿ ਦਿੰਦੀ ਹੁੰਦੀ ਹਾਂ ਵੀ ਹਾਂ ਬਈ ਇੱਥੇ ਇੱਦਾਂ ਨਹੀਂ ਇੱਦਾਂ ਹੋ ਜਾਣਾ ਚਾਹੀਦਾ ਤਾਂ ਉਹ ਗੁੱਸਾ ਗਿਲਾ ਤਾਂ ਥੋੜ੍ਹੀ ਦੇਰ ਦਾ ਹੀ ਹੁੰਦਾ ਪਰ ਹੋ ਜਾਂਦਾ ਕਈ ਵਾਰੀ ਇੰਨੀ ਗੱਲ ਅੱਛਾ ਕੋਈ ਖੱਟੀ ਮਿੱਠੀ ਯਾਦ ਤਾਂ ਸਾਡੇ ਪ੍ਰੋਗਰਾਮ ਦਾ ਨਾਮ ਹੈ ਔਰ ਸੈੱਟ ਦੀ ਕੋਈ ਖੱਟੀ ਮਿੱਠੀ ਯਾਦ ਜਿਹੜੀ ਕਿਸੇ ਡਾਇਰੈਕਟਰ 'ਤੇ ਜਾਂ ਕਿਸੇ ਪ੍ਰੋਡਿਊਸਰ 'ਤੇ ਜਾਂ ਕਿਸੇ ਵੀ ਟੀਮ ਮੈਂਬਰ 'ਤੇ ਗੁੱਸਾ ਕੱਢਿਆ ਹੋਵੇ ਤੁਸੀਂ ਇੱਕ ਕਨਸੈਸ਼ਨ ਦੇ ਰਹੀ ਹਾਂ ਤੁਹਾਨੂੰ ਉਸ ਆਰਟਿਸਟ ਦਾ ਨਾਮ ਤੁਸੀਂ ਡਿਸਕਲੋਜ਼ ਨਹੀਂ ਵੀ ਕਰਨਾ ਚਾਹੁੰਦੇ ਤਾਂ ਨੋ ਡਾਊਟ ਨਹੀਂ ਵੀ ਕਰ ਸਕਦੇ ਕੋਈ ਚੱਕਰ ਨਹੀਂ ਆ ਪਰ ਤੁਸੀਂ ਆਪਣਾ ਗੁੱਸਾ ਕੱਢਿਆ ਹੋਵੇ ਉਹ ਜ਼ਰੂਰ ਦੱਸੋ ਹੈਗੀਆਂ ਹੁੰਦੀਆਂ ਨੇ ਹਮੇਸ਼ਾ ਹੀ ਹੁੰਦੀਆਂ ਨੇ ਫਿਲਮ ਆਲਣਾ ਦੇ ਸੈੱਟ ਦੇ ਉੱਤੇ ਕੁਛ ਇਹੋ ਜਿਹਾ ਹੋਇਆ ਸੀਗਾ ਕਿ ਜਿਵੇਂ ਕਿ ਸਾਰੇ ਡਾਇਲੋਗਸ ਕਰ ਰਹੇ ਸੀਗੇ ਮੈਨੂੰ ਵੀ ਉਹਨਾਂ ਨੇ ਕਿਹਾ ਵੀ ਸਿਮਰਨ ਦਾ ਡਾਇਲੋਗ ਹੋਣਾ ਚਾਹੀਦਾ ਆ ਮੈਨੂੰ ਵੈਨਿਟੀ ਦੇ ਵਿੱਚ ਬੈਠ ਕੇ ਸਾਰਿਆਂ ਨੇ ਬਹੁਤ ਉਤਸ਼ਾਹਿਤ ਕਰ ਦਿੱਤਾ ਵੀ ਹਾਂਜੀ ਹਾਂਜੀ ਐਵੇਂ ਕਰਕੇ ਸਿਮਰਨ ਤੇਰਾ ਡਾਇਲੋਗ ਹੋਣਾ ਚਾਹੀਦਾ ਮੈਂ ਕਿਹਾ ਠੀਕ ਹੈ ਜੀ ਹੋਣਾ ਚਾਹੀਦਾ ਆ ਅਤੇ ਉਹ ਜਦੋਂ ਆਪਾਂ ਰਿਹਰਸਲ ਕਰਦੇ ਹਾਂ ਸਾਰੇ ਜਣੇ ਅਸੀਂ ਬੈਠੇ ਸੀ ਰਿਹਰਸਲ ਕਰ ਰਹੇ ਸੀਗੇ ਅਤੇ ਉੱਥੇ ਸਾਰੇ ਆਰਟਿਸਟ ਵੀ ਬੈਠੇ ਸੀਗੇ ਅਤੇ ਮੈਂ ਉਹ ਮੈਨੂੰ ਉਦੋਂ ਉਹਨਾਂ ਨੇ ਕਿਹਾ ਵੀ ਤੂੰ ਉੱਥੇ ਉਹ ਡਾਇਲੋਗ ਬੋਲਦੀ ਡਾਇਰੈਕਟਰ ਦੇ ਸਾਹਮਣੇ ਉਹ ਡਾਇਲੋਗ ਬੋਲਦੀ ਅਤੇ ਮੈਂ ਕੀ ਕੀਤਾ ਉਹ ਡਾਇਲੋਗ ਬੋਲ ਦਿੱਤਾ ਹੁਣ ਉਹ ਡਾਇਲੋਗ ਬੋਲਿਆ ਅਤੇ ਡਾਇਰੈਕਟਰ ਕਹਿੰਦਾ ਨਹੀਂ ਜੀ ਇਹ ਡਾਇਲੋਗ ਚਾਹੀਦਾ ਨਹੀਂ ਹੈਗਾ ਹੈ ਨਾ ਬਈ ਇਹ ਫਿੱਟ ਨਹੀਂ ਪੈਂਦਾ ਇਸ ਸੀਨ ਦੇ ਵਿੱਚ ਅਤੇ ਉਸ ਟਾਈਮ ਦੇ ਉੱਤੇ ਮੈਨੂੰ ਉਹ ਚੀਜ਼ ਬੁਰੀ ਲੱਗੀ ਸਾਰੇ ਆਰਟਿਸਟਾਂ ਦੀ ਕਿ ਉਹਨਾਂ ਨੇ ਉੱਥੇ ਕੁਛ ਨਹੀਂ ਬੋਲਿਆ ਸੋ ਫਿਰ ਮੈਂ ਉਹਨਾਂ ਨੂੰ ਵੈਨਿਟੀ ਦੇ ਵਿੱਚ ਆ ਕੇ ਉਹ ਸਾਰਿਆਂ ਨੂੰ ਕਿਹਾ ਵੀ ਕਿ ਬਈ ਤੁਸੀਂ ਵੈਨਿਟੀ 'ਚ ਮੈਨੂੰ ਸਾਰਿਆਂ ਨੇ ਇੱਕ ਤਰ੍ਹਾਂ ਕਰ ਦਿੱਤਾ ਹੈ ਨਾ ਨਹੀਂ ਐਪਰੀਸ਼ੀਏਟ ਨਹੀਂ ਕਿਹਾ ਜਾ ਸਕਦਾ ਵੀ ਇੱਕ ਤਰ੍ਹਾਂ ਉਤਸ਼ਾਹਿਤ ਉਕਸਾ ਦਿੱਤਾ ਮੈਨੂੰ ਹੈ ਨਾ ਉਸ ਚੀਜ਼ ਨੂੰ ਕਰਨ ਲਈ ਬਟ ਮਜ਼ਾ ਤਾਂ ਆਉਂਦਾ ਜਦੋਂ ਫਿਰ ਉੱਥੇ ਵੀ ਸਾਰੇ ਮੇਰਾ ਸਾਥ ਦਿੰਦੇ ਜੀ ਬਿਲਕੁਲ ਹੈ ਨਾ ਸੋ ਬੁਰਾ ਲੱਗਦਾ ਜਦੋਂ ਤੁਸੀਂ ਇੱਥੇ ਕੁਛ ਹੋਰ ਹੋ ਇੱਥੇ ਕੁਛ ਹੋਰ ਹੋ ਤਾਂ ਉਹ ਚੀਜ਼ ਮੈਨੂੰ ਡਬਲ ਫੇਸ ਆ ਜਾਂਦਾ ਹੈ ਫਿਰ ਨਾ ਕਿਤੇ ਨਾ ਕਿਤੇ ਡਬਲ ਫੇਸ ਆ ਜਾਂਦਾ ਚੰਗੇ ਚੰਗੇ ਆਰਟਿਸਟਾਂ ਦੇ ਵਿੱਚ ਇਹ ਚੀਜ਼ ਨਹੀਂ ਲੱਗਦੀ ਕਿਉਂਕਿ ਮੈਂ ਜੂਨੀਅਰ ਹਾਂ ਮੈਂ ਹਮੇਸ਼ਾ ਕਹਿੰਦੀ ਵੀ ਮੈਨੂੰ ਟਾਈਮ ਨਹੀਂ ਹੋਇਆ ਸੀਨੀਅਰ ਆਰਟਿਸਟਾਂ ਦੀ ਰਿਸਪੈਕਟ ਕਰਦੀ ਹਾਂ ਪਰ ਉਹਨਾਂ ਲਈ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਨਹੀਂ ਉਹ ਸਪੋਰਟ ਨਹੀਂ ਕਰਦੇ ਜਾਂ ਕਿਤੇ ਨਾ ਕਿਤੇ ਉਹ ਆਪਣੇ ਆਪ ਲਈ ਕਿਤੇ ਨਾ ਕਿਤੇ ਨਾ ਮੈਂ ਮਸ ਕਹਿ ਸਕਦੇ ਹਾਂ ਕਿ ਇਹ ਤੁਸੀਂ ਆਪਣੀ ਸੈਲਫ ਰਿਸਪੈਕਟ ਦੀ ਗੱਲ ਕਰਦੇ ਹੋ ਔਰ ਉਹਨਾਂ ਲੋਕਾਂ ਦੇ ਵਿੱਚ ਕਈ ਵਾਰੀ ਕੁਝ ਆਰਟਿਸਟ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਜਿਹਨੂੰ ਆਪਾਂ ਜੈਲਸੀ ਕਹਿ ਸਕਦੇ ਹਾਂ ਨਾ ਉਹ ਆ ਜਾਂਦੀ ਹੈ ਕਿਤੇ ਨਾ ਕਿਤੇ ਈਰਖਾ ਆ ਜਾਂਦੀ ਹੈ ਤੁਹਾਨੂੰ ਬਹੁਤ ਥੋੜ੍ਹਾ ਟਾਈਮ ਹੋਇਆ ਇੰਡਸਟਰੀ 'ਚ ਆਇਆਂ ਨੂੰ ਔਰ ਬਹੁਤ ਜਲਦੀ ਤੁਸੀਂ ਅੱਗੇ ਵੱਧ ਰਹੇ ਹੋ ਤਾਂ ਝੂਠ ਇੱਦਾਂ ਹੀ ਵੱਧਦੇ ਰਹੋ ਮੈਮ ਜਿਵੇਂ ਆਪਣੀ ਇੰਡਸਟਰੀ ਦੇ ਵਿੱਚ ਪੰਜਾਬੀ ਮੂਵੀ ਇੰਡਸਟਰੀ ਦੇ ਵਿੱਚ ਕਾਫੀ ਗੱਲਾਂ ਬਾਤਾਂ ਨਿਕਲਦੀਆਂ ਰਹਿੰਦੀਆਂ ਨੇ ਬਹੁਤ ਕੁਛ ਹੁੰਦਾ ਰਹਿੰਦਾ ਮੈਮ ਇਸ ਇੰਡਸਟਰੀ ਦੇ ਵਿੱਚ ਮਿਹਨਤਾਨੇ ਦੀ ਗੱਲ ਆ ਜਾਂਦੀ ਹੈ ਕਿ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਪ੍ਰੋਪਰ ਜੋ ਉਹਨਾਂ ਦਾ ਬਣਦਾ ਹੱਕ ਹੈ ਮੂਵੀਜ਼ ਇੰਨਾ ਇੰਨਾ ਪੈਸਾ ਕਮਾ ਜਾਂਦੀਆਂ ਨੇ ਉਹਨਾਂ ਪੈਸਾ ਲੱਗ ਕੇ ਬਣਦੀਆਂ ਨਹੀਂ ਅੱਜ ਕੱਲ੍ਹ ਦੀਆਂ ਮੂਵੀਜ਼ 2-4 ਸੈੱਟ ਦੇ ਵਿੱਚ ਹੀ ਮੂਵੀਜ਼ ਕੰਪਲੀਟ ਹੋਈਆਂ ਨੇ ਅਸੀਂ ਕਾਫੀ ਮੂਵੀਜ਼ ਦੇਖਦੇ ਹਾਂ ਸੋ ਉਹਨਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 2-3 ਸੈੱਟ ਲੱਗੇ ਹੁੰਦੇ ਨੇ ਸਿਰਫ ਉਹਦੇ 'ਚ ਹੀ ਮੂਵੀ ਕੰਪਲੀਟ ਹੋ ਜਾਂਦੀ ਹੈ ਸੋ ਮੂਵੀਆਂ ਬਹੁਤ ਪੈਸਾ ਕਮਾ ਕੇ ਜਾ ਰਹੀਆਂ ਨੇ ਪੰਜਾਬੀ ਮੂਵੀਜ਼ ਅੱਜ ਦਾ ਉਹਨਾਂ ਦਾ ਬਜਟ ਦੇਖਿਆ ਜਾਏ ਤਾਂ ਬਹੁਤ ਜ਼ਿਆਦਾ ਪੈਸਾ ਕਮਾ ਰਹੀਆਂ ਨੇ ਸੋ ਮੈਮ ਮਿਹਨਤਾਨੇ ਨੂੰ ਲੈ ਕੇ ਕਾਫੀ ਆਰਟਿਸਟ ਜਿਹੜੇ ਨੇ ਉਹਨਾਂ ਦੇ ਮਨ ਦੇ ਵਿੱਚ ਰੋਸ ਹੁੰਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਵੈਸੇ ਮੈਂ ਕਹੂੰਗੀ ਕਿ ਜਿਵੇਂ ਕਿ ਨਵੇਂ ਆਰਟਿਸਟ ਜਿਹੜੇ ਆ ਰਹੇ ਨੇ ਜਦਕਿ ਉਹ ਸੀਨੀਅਰ ਦੇ ਬਰਾਬਰ ਦਾ ਕੰਮ ਕਰਦੇ ਨੇ ਜਿਵੇਂ ਕਿ ਹੁਣ ਮੈਂ ਕਹਿ ਲਾਂ ਕਿ ਮੈਂ ਅੱਜ ਅਗਰ ਮੈਨੂੰ 3 ਸਾਲ ਹੋਏ ਆ ਇਸ ਲਾਈਨ ਦੇ ਵਿੱਚ ਆਏ ਨੂੰ ਤਾਂ ਮੈਂ ਉਹਨਾਂ ਆਰਟਿਸਟਾਂ ਦੇ ਨਾਲ ਹੀ ਕੰਮ ਕਰਦੀ ਹਾਂ ਉਹਨਾਂ ਦੇ ਨਾਲ ਹੀ ਫਿਲਮ ਕਰਦੀ ਹਾਂ ਉਹਨਾਂ ਦੇ ਲੈਵਲ ਦੀ ਮੂਵੀਜ਼ ਕਰ ਚੁੱਕੀ ਹੈ ਮੈਂ ਬਟ ਉਹਨਾਂ ਨੂੰ ਅਗਰ ਮਿਲਦਾ 10 ਲੱਖ ਦੇ ਸਾਨੂੰ ਅਗਲਾ ਕਹਿ ਦਿੰਦਾ ਜੀ ਸਾਡਾ ਫਿਲਮ ਦਾ ਬਜਟ ਘੱਟ ਹੈ ਅਤੇ ਅਸੀਂ ਤੁਹਾਨੂੰ ਪੇ ਨਹੀਂ ਕਰ ਸਕਦੇ ਤਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਲੋੜ ਆ ਅਸੀਂ ਹਜੇ ਸਟੈਬਲਿਸ਼ ਹੋਣਾ ਹੈ ਸਾਨੂੰ ਉਹ ਸਮਝੌਤਾ ਕਰਨਾ ਪੈਂਦਾ ਉੱਥੇ ਸਾਨੂੰ ਘੱਟ ਬਜਟ 'ਚ ਵੀ ਫਿਲਮਾਂ ਕਰਨੀਆਂ ਪੈਂਦੀਆਂ ਨੇ ਬਟ ਇਹ ਚੀਜ਼ ਉਹਨਾਂ ਨੂੰ ਦੇਖਣਾ ਚਾਹੀਦਾ ਆ ਜਿਹੜੇ ਕਿ ਇਹ ਇੱਕ ਜਾਂ ਤਾਂ ਮੈਂ ਕਹੂੰਗੀ ਕਿ ਇਹ ਇੱਕ ਐਸੋਸੀਏਸ਼ਨ ਚਾਹੀਦੀ ਹੈ ਜਿਹੜੀ ਆਪਣੀ ਐਸੋਸੀਏਸ਼ਨ ਹੁਣ ਫਿਲਮ ਐਸੋਸੀਏਸ਼ਨ ਸਾਡੀ ਬਣੀ ਹੈਗੀ ਹੈ ਉਹਦੇ ਵਿੱਚ ਇਹ ਚਾਹੀਦਾ ਹੈ ਕਿ ਇੱਕ ਲੈਵਲ ਉਹਨਾਂ ਨੂੰ ਮੇਨਟੇਨ ਕਰਨਾ ਚਾਹੀਦਾ ਹੈ ਕਿ ਆਹ ਸੀਨੀਅਰ ਲਈ ਆਹ ਇੱਕ ਪੇਮੈਂਟ ਹੋਣੀ ਚਾਹੀਦੀ ਹੈ ਔਰ ਅਗਰ ਜੂਨੀਅਰ ਹੈ ਤਾਂ ਉਹਨਾਂ ਲਈ ਆਹ ਪੇਮੈਂਟ ਹੋਣੀ ਚਾਹੀਦੀ ਹੈ ਅਕੋਰਡਿੰਗ ਟੂ ਪ੍ਰੋਫਾਈਲ ਵੀ ਹੋਣੀ ਚਾਹੀਦੀ ਹੈ ਔਰ ਅਕੋਰਡਿੰਗ ਟੂ ਮੈਨੂੰ ਲੱਗਦਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਹੁਣ ਜਿਵੇਂ
ਕਈ ਹੁਣ ਅਗਲਾ ਜਿਹੜਾ ਦੌਰ ਆ ਰਿਹਾ ਹੈ ਨਾ ਉਹਦੇ ਵਿੱਚ ਇਹ ਚੀਜ਼ ਕਿਤੇ ਨਾ ਕਿਤੇ ਖਤਮ ਹੋ ਜਾਏਗੀ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਸਮਝ ਆ ਗਈ ਹੈ ਵੀ ਅਗਰ ਸਾਨੂੰ 50,000 ਵਾਲਾ ਬੰਦਾ 10 ਲੱਖ ਵਾਲੇ ਵਰਗਾ ਇਕੁਅਲੀ ਕੰਮ ਸਾਨੂੰ ਦੇ ਰਿਹਾ ਤਾਂ ਅਸੀਂ ਕਿਉਂ ਨਾ 50,000 ਵਾਲੇ ਨੂੰ ਔਫਰ ਦੇਈਏ ਤਾਂ ਇਹ ਕਿਤੇ ਨਾ ਕਿਤੇ ਆਉਣ ਵਾਲੇ ਨਵੇਂ ਜਿਹੜੇ ਸਾਡੇ ਆਰਟਿਸਟ ਨੇ ਉਹਨਾਂ ਲਈ ਇੱਕ ਵਧੀਆ ਗੱਲ ਹੋਊਗੀ ਕਿ ਉਹਨਾਂ ਨੂੰ ਮੌਕਾ ਮਿਲੇਗਾ ਔਰ ਇੰਡਸਟਰੀ ਘੱਟ ਪੈਸਿਆਂ ਦੇ ਵਿੱਚ ਫਿਲਮ ਬਣਾ ਸਕਦੀ ਹੈ ਪ੍ਰੋਡਿਊਸਰਸ ਨੂੰ ਵੀ ਫਾਇਦਾ ਹੋਊਗਾ ਉਸ ਵਿੱਚ ਹੈ ਨਾ ਕਿਤੇ ਉਹ 10-10 ਲੱਖ ਦੇ ਵਿੱਚ ਉਹਨਾਂ ਨੂੰ ਕਿੰਨੇ ਆਰਟਿਸਟ ਮਿਲ ਜਾਣਗੇ ਔਰ ਕਿੰਨੇ ਆਰਟਿਸਟਾਂ ਨੂੰ ਕੰਮ ਮਿਲੂਗਾ ਇਸ ਮੈਨੂੰ ਇਹ ਲੱਗਦਾ ਕਿ ਇੱਕ ਵਧੀਆ ਗੱਲ ਜੀ ਮੈਮ ਮੇਰਾ ਕੁਐਸਚਨ ਅਸਲ ਦੇ ਵਿੱਚ ਇਹ ਸੀ ਕਿ ਆਰਟਿਸਟਾਂ ਦੀ ਇੱਕ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੈਸਾ ਨਹੀਂ ਮਿਲ ਰਿਹਾ ਲਾਈਕ ਦੈਟ ਕਿਸੇ ਹੀਰੋਇਨ ਨੇ 15 ਦਿਨ ਕੰਮ ਕੀਤਾ ਹੈ ਔਰ ਉਹਨੂੰ 15 ਦਿਨ ਦਾ ਸਿਰਫ ਜੋ ਵੀ ਉਹਦਾ ਪਰ ਡੇ ਹੈਗਾ ਉਹ 10,000 20,000 50,000 ਲੈ ਰਹੀ ਆ ਪਰ ਉਹਨੂੰ ਡਾਇਰੈਕਟਰਸ ਪ੍ਰੋਡਿਊਸਰਸ ਉਹਨਾਂ ਨਹੀਂ ਪੇ ਕਰ ਰਹੇ ਉਹਨਾਂ ਨੂੰ ਕੰਮ ਜ਼ਿਆਦਾ ਕਰਵਾਇਆ ਜਾ ਰਿਹਾ ਮਿਹਨਤ ਘੱਟ ਦਿੱਤੀ ਜਾ ਰਹੀ ਹੈ ਮੇਰਾ ਕੁਐਸਚਨ ਇਹ ਸੀ ਇਹਦੇ ਲਈ ਤਾਂ ਹੁਣ ਫਿਰ ਆਪਾਂ ਫਿਰ ਉਹੀ ਗੱਲ ਆ ਨਾ ਵੀ ਦੋਸ਼ੀ ਤਾਂ ਉਹਨਾਂ ਨੂੰ ਠਹਿਰਾ ਸਕਦੇ ਹਾਂ ਨਾ ਵੀ ਤਾਂ ਉਹਨਾਂ ਨੂੰ ਆਪਣੇ ਆਪ ਸਮਝ ਚਾਹੀਦੀ ਹੈ ਵੀ ਜਦੋਂ ਆਪਾਂ ਇੱਕ ਆਰਟਿਸਟ ਨੂੰ 5 ਲੱਖ ਜਾਂ 10 ਲੱਖ ਸੇਮ ਮੇਰੀ ਅਗਰ ਮੈਂ ਆਪਣੀ ਕਵਾਂ ਗੱਲ ਹੈ ਨਾ ਕਰਾਂ ਤਾਂ ਮੇਰੇ ਨਾਲ ਕੋਈ ਸੀਨੀਅਰ ਆਰਟਿਸਟ ਕੰਮ ਕਰ ਰਿਹਾ ਉਹ ਲੈ ਰਹੀ ਹੈ 5 ਲੱਖ ਰੁਪਈਆ ਮੈਂ ਲੈ ਰਹੀ ਹਾਂ 50,000 ਰੁਪਈਆ ਉਹਨੇ ਦਿਨਾਂ ਦਾ ਕੰਮ ਕਰਨ ਦੇ ਵਿੱਚ ਉਹ ਪਰ ਡੇ ਲੈ ਰਹੀ ਹੈ ਮੈਂ ਉਹਨੇ ਦਿਨਾਂ ਦੇ ਵਿੱਚ 50,000 ਸਿਰਫ ਮੈਨੂੰ ਉਹਨੇ ਦਿਨਾਂ ਦਾ ਦਿੱਤਾ ਜਾ ਰਿਹਾ ਤਾਂ ਉਹ ਇਹ ਸਮਝਣਾ ਚਾਹੀਦਾ ਨਾ ਵੀ ਸਾਨੂੰ ਬਰਾਬਰ ਕੰਮ ਤਾਂ ਉਹਨਾਂ ਹੀ ਦੇ ਰਿਹਾ ਨਾ ਉਹ ਵੀ ਆਰਟਿਸਟ ਉਹ ਦੋਸ਼ੀ ਕਹਿ ਸਕਦੇ ਆਪਾਂ ਇਸ ਮਾਮਲੇ ਦੇ ਵਿੱਚ ਹੁਣ ਐਸੋਸੀਏਸ਼ਨ ਹੀ ਕੁਛ ਕਰ ਸਕਦੇ ਹਾਂ ਅਗਰ ਕਰ ਸਕਦੇ ਹਾਂ ਤਾਂ ਆਪਾਂ ਨੋਰਮਲ ਇਨਸਾਨ ਮੈਨੂੰ ਲੱਗਦਾ ਕਿ ਨੋਰਮਲ ਆਪਾਂ ਲੋਕ ਹੈ ਜਿਹੜੇ ਇਹਦੇ ਲਈ ਕੁਛ ਨਹੀਂ ਕਰ ਸਕਦੇ ਜੀ ਬਿਲਕੁਲ ਕਿਉਂਕਿ ਸਟਰਗਲ ਇੰਨਾ ਜ਼ਿਆਦਾ ਹੈ ਆਰਟਿਸਟ ਇੰਨੇ ਜ਼ਿਆਦਾ ਨਹੀਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਆਰਟਿਸਟ ਇਹ ਤਾਂ ਇੱਕ ਰੂਲ ਇੱਕ ਬਣਨਾ ਚਾਹੀਦਾ ਹੈ ਵੀ ਹਾਂ ਵੀ ਇਹਦੇ ਲਈ ਆ ਹੈ ਪੈਕੇਜ ਇਹਦੇ ਲਈ ਆ ਪੈਕੇਜ ਹੋਣਾ ਚਾਹੀਦਾ ਤੁਸੀਂ ਇੰਨੀਆਂ ਮੂਵੀਜ਼ ਕੀਤੀਆਂ ਮਿਨੀਮਮ 25 ਦੇ ਨੀਅਰ ਅਬਾਊਟ ਮੂਵੀਜ਼ ਕਰ ਚੁੱਕੇ ਹੋ 3 ਸਾਲ ਦੇ ਵਿੱਚ 3 ਸਾਲ ਦੇ ਬਹੁਤ ਛੋਟੇ ਜਿਹੇ ਟਾਈਮ ਪੀਰੀਅਡ ਦੇ ਵਿੱਚ ਆਪਣੇ ਆਪਣੇ ਇਸਟੈਬਲਿਸ਼ ਕਰ ਲਿਆ ਤੁਸੀਂ ਇੰਡਸਟਰੀ ਦੇ ਵਿੱਚ ਸੌਂਗਸ ਦੇ ਵਿੱਚ ਤੁਸੀਂ ਬਿਲਕੁਲ ਵੀ ਕੰਮ ਨਹੀਂ ਕੀਤਾ ਆਫਰਸ ਨਹੀਂ ਮਿਲੀਆਂ ਸੌਂਗਸ ਦੇ ਲਈ ਜਾਂ ਤੁਸੀਂ ਖੁਦ ਹੀ ਇੰਟਰਸਟਡ ਨਹੀਂ ਹੋ ਨਹੀਂ ਸੌਂਗਸ ਲਈ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮੇਰਾ ਟਾਰਗੇਟ ਹੀ ਸਿਰਫ ਫਿਲਮ ਹੀ ਰੱਖਿਆ ਮੈਂ ਹੈ ਨਾ ਤਾਂ ਮੈਨੂੰ ਸੌਂਗਸ 'ਚ ਕਰਕੇ ਕੋਈ ਆਪਣੇ ਆਪ ਨੂੰ ਨਹੀਂ ਵਧੀਆ ਲੱਗਦਾ ਹੁੰਦਾ ਸੌਂਗਸ ਦੀ ਆਫਰਸ ਆਉਂਦੀਆਂ ਜਦੋਂ ਤੁਸੀਂ ਇੱਕ ਬਣਾ ਹੀ ਲਿਆ ਸਟਾਰਟਿੰਗ ਤੋਂ ਇੱਕ ਮੇਰਾ ਔਰਾ ਬਣ ਗਿਆ ਕਿ ਮੈਂ ਸਿਰਫ ਫਿਲਮਸ ਹੀ ਕਰਦੀ ਹਾਂ ਮੈਂ ਆਪਣੇ ਆਪ ਲਈ ਇਹੀ ਗੱਲ ਕਹਿੰਦੀ ਹੁੰਦੀ ਵੀ ਮੈਂ ਸਿਰਫ ਫਿਲਮਾਂ ਹੀ ਕਰਦੀ ਹਾਂ ਮੈਂ ਗਾਣੇ ਨਹੀਂ ਕਰਦੀ ਤਾਂ ਉਹ ਫਿਰ ਗਾਣਿਆਂ ਵਾਲੇ ਮੈਨੂੰ ਅਪਰੋਚ ਹੀ ਨਹੀਂ ਕਰਦੇ ਹੈ ਨਾ ਜੇ ਮੈਂ ਗਾਣੇ ਕਰਦੀ ਹੋਵਾਂ ਤਾਂ ਦੈਨ ਮੇਰੇ ਲਈ ਤਾਂ ਮੈਨੂੰ ਲੱਗਦਾ ਕਿ ਰੋਜ਼ ਹੀ ਆਫਰਸ ਆਈਆਂ ਰਹਿਣ ਵੀ ਹਾਂ ਵੀ ਤੁਸੀਂ ਇਸ ਗਾਣੇ ਚਾਹ ਜਾਓ ਤੁਸੀਂ ਇਸ ਗਾਣੇ ਮੈਂ ਗਾਣੇ ਕੀਤੇ ਆ ਨੋ ਡਾਊਟ ਗਾਣੇ ਕੀਤੇ ਆ 5-6 ਗਾਣੇ ਮੇਰੇ ਹੈਗੇ ਆ ਹੁਣ ਤੱਕ ਦੇ ਕਰੀਅਰ ਦੇ ਪਰ ਮੈਨੂੰ ਇਹ ਲੱਗਦਾ ਕਿ ਨਹੀਂ ਮੈਂ ਜਿਵੇਂ ਦੱਸਦੀ ਹਾਂ ਨਾ ਕਿ ਮੈਨੂੰ ਸਿਰਫ ਫਿਲਮਾਂ ਹੀ ਨਜ਼ਰ ਆਉਂਦੀਆਂ ਹੋਰ ਕੁਛ ਨਜ਼ਰ ਨਹੀਂ ਆਉਂਦਾ ਤਾਂ ਫ੍ਰੀ ਟਾਈਮ ਕੀ ਕਰਦੇ ਹੋ ਸੋ ਤੁਸੀਂ ਘਰੇ ਹੁੰਦੇ ਹੋ ਤੁਹਾਡੇ ਸ਼ੌਂਕ ਕੀ ਨੇ ਫ੍ਰੀ ਟਾਈਮ ਕਿਵੇਂ ਸਪੈਂਡ ਕਰਦੇ ਹੋ ਆਪਣਾ ਟਾਈਮ ਮੈਂ ਕਵਾਲੀਆਂ ਸੁਣਦੀ ਹਾਂ ਕਿਉਂਕਿ ਮੈਂ ਸੂਫੀ ਗਾਇਕੀ ਜਿਹੜੀ ਹੈ ਬਹੁਤ ਪਸੰਦ ਕਰਦੀ ਹਾਂ ਔਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਸਾਈਂ ਜੀ ਲਾਡੀ ਸਾਈਂ ਜੀ ਨੂੰ ਬਹੁਤ ਜ਼ਿਆਦਾ ਮੰਨਦੀ ਹਾਂ ਔਰ ਉਹਨਾਂ ਦੇ ਬਿਨਾਂ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਅੱਜ ਮੈਂ ਜੇ ਇੱਕ ਮੇਰੇ ਫੈਮਲੀ ਦਾ ਜਾਂ ਮੇਰੇ ਵਿਊਅਰਸ ਦੀ ਸਪੋਰਟ ਹੈਗੀ ਹੈ ਤਾਂ ਉਹਨਾਂ ਹੀ ਮੈਨੂੰ ਰੱਬ ਦਾ ਆਸ਼ੀਰਵਾਦ ਵੀ ਮੇਰੇ ਨਾਲ ਹੈਗਾ ਆ ਅਗਰ ਉਹ ਨਾ ਹੋਵੇ ਤਾਂ ਤੁਸੀਂ ਕਹਿੰਦੇ ਹੁੰਦੇ ਬਿਲਕੁਲ ਹੀ ਕਿਤੇ ਵੀ ਸਕਸੈਸ ਨਹੀਂ ਮਿਲਦੀ ਤੁਹਾਨੂੰ ਸੋ ਬਹੁਤ ਜ਼ਿਆਦਾ ਮੈਂ ਉਹ ਮੰਨਦੀ ਹਾਂ ਬਾਕੀ ਮੈਂ ਕਵਾਲੀਆਂ ਸੁਣਦੀ ਹਾਂ ਮਿਊਜ਼ਿਕ ਸੁਣਦੀ ਹਾਂ ਔਰ ਓਲਡ ਬਾਲੀਵੁੱਡ ਜਿਹੜਾ ਹੁੰਦਾ ਪੁਰਾਣਾ ਆਪਣਾ 90s ਦਾ ਉਹ ਸੁਣਦੀ ਹਾਂ ਓਕੇ ਕੁਕਿੰਗ ਦਾ ਸ਼ੌਕ ਹੈ ਅੱਛਾ ਕੁਕਿੰਗ ਚ ਕੀ ਕੀ ਬਣਾਉਂਦੇ ਹੋ ਖਾਣਾ ਬਣਾਉਣ ਦਾ ਸ਼ੌਕ ਹੈ ਖਾਣਾ ਬਣਾਉਣ ਦੇ ਵਿੱਚ ਕੀ ਬਣਾ ਲੈਂਦੇ ਹੋ ਤੁਸੀਂ ਬਣਾ ਮੈਂ ਸਾਰਾ ਕੁਝ ਹੀ ਲੈਂਦੀ ਹਾਂ ਜੀ ਕੁਕਿੰਗ ਕਰਨ ਨਾਲ ਮੈਨੂੰ ਖਿਲਾਉਣਾ ਜ਼ਿਆਦਾ ਵਧੀਆ ਲੱਗਦਾ ਮੇਰੇ ਘਰੇ 10 ਪਰੌਣੇ ਆ ਜਾਂਦੇ ਆ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਇਹਨਾਂ ਨੂੰ ਬਣਾ ਬਣਾ ਕੇ ਖਵਾਈ ਜਾਵਾਂ ਬਸ ਮਤਲਬ ਪੰਜਾਬੜ ਦੇ ਵਿੱਚ ਉਹ ਪੰਜਾਬੀਅਤ ਹੈਗੀ ਆ ਚਾਹੇ ਇੱਕ ਸਿਮਰਨ ਸਹਿਜਪਾਲ ਚਾਹੇ ਇੱਕ ਮੂਵੀ ਇੰਡਸਟਰੀ ਦੇ ਵਿੱਚ ਅਸਟੈਬਲਿਸ਼ ਨੇਮ ਹੈ ਚਾਹੇ ਮੂਵੀਜ਼ ਕਰ ਰਹੀ ਹੈ ਮੂਵੀ ਦੇ ਵਿੱਚ ਉਹ ਬਹੁਤ ਵਧੀਆ ਭਾਬੀ ਦਾ ਕਰੈਕਟਰ ਕਰ ਰਹੀ ਹੈ ਜਾਂ ਸਾਈਡ ਕਰੈਕਟਰ ਕਰ ਰਹੀ ਹੈ ਜਾਂ ਮੇਨ ਸੈਕਿੰਡ ਲੀਡ ਕਰ ਰਹੀ ਹੈ ਪਰ ਉਹਦੇ ਨਾਲ ਨਾਲ ਉਹਦੇ ਵਿੱਚ ਪੰਜਾਬੀ ਸੱਭਿਆਚਾਰ ਪੰਜਾਬੀਅਤ ਕੁੱਟ ਕੁੱਟ ਕੇ ਭਰੀ ਹੋਈ ਹੈ ਜਿਵੇਂ ਕਿ ਪਰੌਣਚਾਰੀ ਕਹਿ ਲੈਂਦੇ ਹਾਂ ਅਸੀਂ ਕਿ 10 ਪਰੌਣੇ ਆ ਜਾਣ ਤੇ ਰੋਟੀ ਬਣਾਉਣ ਦੀ ਕੋਈ ਪਰਵਾਹ ਨਹੀਂ ਹੈ ਕੀ ਬਾਤ ਹੈ ਜੀ ਬਹੁਤ ਖੂਬ ਮੈਮ ਗੱਲਾਂ ਬਾਤਾਂ ਬਹੁਤ ਹੋ ਗਈਆਂ ਨੇ ਤੇ ਹੁਣ ਮੈਨੂੰ ਉਧਰੋਂ ਨਾ ਟਿਕ ਟਿਕ ਦਾ ਇਸ਼ਾਰਾ ਆ ਰਿਹਾ ਹੈ ਕਿ ਗੱਲਾਂ ਬਾਤਾਂ ਤੋਂ ਅਸੀਂ ਐਕਚੁਅਲੀ ਗੱਲਾਂ ਬਾਤਾਂ ਕਰ ਰਹੇ ਹਾਂ ਨਾ ਔਰ ਗੱਲਾਂ ਕਰਦਿਆਂ ਕਰਦਿਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਿਕਲ ਜਾਂਦੀਆਂ ਨੇ ਵਕਤ ਤਾਂ ਪਤਾ ਨਹੀਂ ਚੱਲਦਾ ਪਰ ਵਕਤ ਨੂੰ ਵੇਖਦੇ ਹੋਏ ਉਹਦੀ ਨਜ਼ਾਕਤ ਨੂੰ ਸਮਝਦੇ ਹੋਏ ਇਜਾਜ਼ਤ ਨਾ ਲੈਣੀ ਪੈਂਦੀ ਹੈ ਮੈਮ ਮੈਂ ਤੁਹਾਡਾ ਜ਼ਿਆਦਾ ਜ਼ਿਆਦਾ ਇੱਕ ਮੈਸੇਜ ਲੈਣਾ ਚਾਹਾਂਗੀ ਮੈਂ ਆਪਣੀਆਂ ਜਿਹੜੀਆਂ ਹੁਣ ਦੀ ਜਨਰੇਸ਼ਨ ਹੈ ਕੁੜੀਆਂ ਨੂੰ ਕੁੜੀਆਂ ਦੇ ਪੇਰੈਂਟਸ ਨੂੰ ਐਕਚੁਅਲੀ ਮੈਸੇਜ ਦੇਣਾ ਚਾਹੁੰਦੀ ਹਾਂ ਇਹ ਮੇਰਾ ਮੈਸੇਜ ਹੋਏਗਾ ਕੁੜੀਆਂ ਦੇ ਪੇਰੈਂਟਸ ਲਈ ਕਿ ਤੁਸੀਂ ਕੁੜੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹੋ ਉਹਨਾਂ ਨੂੰ ਪੜ੍ਹਾਓ ਲਿਖਾਓ ਉਹਨਾਂ ਨੂੰ ਸਮਝਦਾਰ ਬਣਾਓ ਈਵਨ ਉਹਨਾਂ ਨੂੰ ਕਹੋ ਕਿ ਘਰ ਦਾ ਕੰਮ ਕਰਨ ਉਹਨਾਂ ਨੂੰ ਆਪਣਾ ਜੋ ਵੀ ਹੈ ਸਿਲਾਈ ਕਢਾਈ ਤਾਂ ਆਪਾਂ ਅੱਜ ਕੱਲ੍ਹ ਨਹੀਂ ਚਲੋ ਇੰਨਾ
ਤੇ ਉਹਦੇ ਨਾਲ ਨਾਲ ਕਹਿਣਾ ਚਾਹੁੰਦੀ ਹਾਂ ਕਿ ਮਾਡਰਨਿਟੀ ਹੋਣਾ, ਮਾਡਰਨ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ, ਲੇਕਿਨ ਉਹਦੀਆਂ ਲਿਮਿਟਸ ਨੇ, ਉਸ ਲਿਮਿਟ ਨੂੰ ਕ੍ਰੋਸ ਕਰਕੇ ਮਾਡਰਨ ਦੀ ਹੱਦ ਜਿਹੜੀ ਆ ਉਹ ਨਾ ਪਾਰ ਕਰੋ। ਤੁਸੀਂ ਇੱਕ ਆਪਣੇ ਆਪ ਦੇ ਵਿੱਚ ਰਹਿ ਕੇ ਉਹਨਾਂ ਕਲਚਰ ਨੂੰ ਅਡੋਪਟ ਕਰ ਸਕਦੇ ਹੋ, ਹੈ ਨਾ। ਸੋ ਵਧੀਆ ਸੂਝਵਾਨ ਅਤੇ ਅੱਗੇ ਕਹਿੰਦੇ ਹੁੰਦੇ ਹੋਣਾ ਚਾਹੀਦਾ ਹੈ ਜੀ। ਬਿਲਕੁਲ ਮੈਮ, ਜਿਵੇਂ ਇੱਕ ਕਲਿੱਪ ਜਿਹੜਾ ਤੁਹਾਡਾ ਵਾਇਰਲ ਹੋਇਆ ਸੀ ਫੌਜੀ ਵਾਲਾ ਜੀ, ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਨਾ ਕਲਿੱਪ, ਉਹ ਕਲਿੱਪ ਨੇ ਤੁਹਾਡੇ ਲਈ ਕਿੱਦਾਂ ਦਾ ਰੋਲ ਅਦਾ ਕੀਤਾ, ਤੁਹਾਡੇ ਫੇਵਰ 'ਚ ਗਿਆ ਜਾਂ ਤੁਹਾਡੇ ਅਗੇਂਸਟ ਗਿਆ? ਉਹ ਕਲਿੱਪ ਤੋਂ ਤੁਹਾਨੂੰ ਫਾਇਦਾ ਹੋਇਆ ਜਾਂ ਤੁਹਾਨੂੰ ਨੁਕਸਾਨ ਹੋਇਆ? ਨਹੀਂ, ਉਹਦਾ ਫਾਇਦਾ ਹੀ ਹੋਇਆ ਮੈਨੂੰ। ਮੈਨੂੰ ਫਿਲਮਾਂ ਮਿਲੀਆਂ, ਉਸ ਤੋਂ ਬਾਅਦ ਮੈਨੂੰ ਕੰਮ ਮਿਲਿਆ, ਮੈਂ ਕਾਫੀ ਫਿਲਮਾਂ ਕੀਤੀਆਂ, ਕਿਉਂਕਿ ਉਹ ਮੇਰੀ ਪਹਿਲੀ ਫਿਲਮ ਸੀਗੀ, ਪਹਿਲਾ ਸੀਨ ਸੀਗਾ, ਉਹ ਕੰਟਰੋਵਰਸੀ ਚਲਾ ਗਿਆ ਨਾ। ਬਾਕੀ ਹਮੇਸ਼ਾ ਮੇਰੀ ਇੱਕ ਗੱਲ ਇਹ ਜਾਣ ਲੱਗੇ, ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਫੌਜੀ ਵੀਰਾਂ ਤੋਂ ਅੱਜ ਵੀ ਮੈਂ ਮਾਫ਼ੀ ਮੰਗਦੀ ਹਾਂ ਅਗਰ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਚੀਜ਼ ਦੀ ਠੇਸ ਪਹੁੰਚੀ, ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ, ਕਿਉਂਕਿ ਪਰ ਇਹ ਵੀ ਉਹਦੇ ਨਾਲ ਨਾਲ ਇਹ ਵੀ ਇੱਕ ਸੱਚ ਹੈ ਕਿ ਉਹ ਇੱਕ ਫਿਲਮ ਸੀਗੀ, ਉਹ ਫਿਲਮ ਦਾ ਇੱਕ ਕਿਰਦਾਰ ਸੀਗਾ, ਔਰ ਉਹਦੇ 'ਚ ਕੋਈ ਇਹ ਜ਼ਿਆਦਾ ਸਾਡੀ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ, ਅਸੀਂ ਕੋਈ ਫੌਜੀ ਵੀਰਾਂ ਨੂੰ ਕੋਈ ਉਹਨਾਂ ਨੂੰ ਹਰਟ ਨਹੀਂ ਕਰਨਾ ਚਾਹੁੰਦੇ ਸੀਗੇ। ਸੋ ਮੈਨੂੰ ਉਹਦੇ ਨਾਲ ਬਹੁਤ ਫਾਇਦਾ ਹੋਇਆ। ਅੱਜ ਵੀ ਅਗਰ ਤੁਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਉਹ 2015 ਦਾ ਇੱਕ ਵਾਇਰਲ ਕਲਿੱਪ ਮੰਨਿਆ ਗਿਆ, ਤਾਂ ਮੈਨੂੰ ਤਾਂ ਇਹ ਕਹੂੰਗੀ ਕਿ ਮੈਨੂੰ ਉਹਦੇ ਨਾਲ ਬਹੁਤ ਫਾਇਦਾ ਹੋਇਆ ਜੀ। ਔਰ ਮੈਮ, ਕਲਿੱਪ ਵਾਇਰਲ ਹੋਇਆ, ਮੈਂ ਤੁਹਾਡੀ ਗੱਲ ਨਾਲ ਲੱਗ ਰਹੀ ਹਾਂ ਨਾ, ਇੰਨੀ ਕੰਟਰੋਵਰਸੀ ਹੋਈ, ਪਰ ਡਾਇਲੈਕ ਸੀ ਸਾਗ ਮੈਂ ਠੰਡਾ ਵੀ ਖਾ ਰਹੂੰ ਤੂੰ ਤੱਤੀ ਰਹੇ, ਅਗਰ ਅਸੀਂ ਇਹਨੂੰ ਪੋਜ਼ਿਟਿਵ ਲੈਣਾ ਚਾਹੀਏ ਤੇ ਜਨਾਨੀ ਨੂੰ, ਲੇਡੀਜ਼ ਨੂੰ ਅਸੀਂ ਉਦੋਂ ਵੀ ਤੱਤੀ ਕਹਿ ਦਿੰਦੇ ਹਾਂ ਜਦੋਂ ਉਹ ਬਹੁਤ ਗੁੱਸੇ 'ਚ ਹੁੰਦੀ ਆ, ਗੁੱਸਾ ਚੜ੍ਹਦਾ, ਔਰ ਇਹ ਤਾਂ ਆਪਣੀ ਸੋਚ ਤੇ ਆਪਣੇ ਨਜ਼ਰੀਏ ਤੇ ਡਿਪੈਂਡ ਕਰਦਾ ਨਾ, ਕਿ ਅਸੀਂ ਉਹਨੂੰ ਡਬਲ ਮੀਨਿੰਗ ਲੈਂਦੇ ਹਾਂ ਜਾਂ ਅਸੀਂ ਉਹਨੂੰ ਨੋਰਮਲੀ ਵੇ ਦੇ ਨਾਲ ਲੈਂਦੇ ਹਾਂ। ਨਹੀਂ, ਐਕਚੁਅਲੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਉਹ ਫਿਲਮ ਦੇ ਵਿੱਚ ਇੱਕ ਜਿਹੜਾ ਮੇਰਾ ਕਿਰਦਾਰ ਸੀਗਾ, ਫੌਜਣ ਦਾ ਕਿਰਦਾਰ ਸੀਗਾ, ਉਹ ਫੌਜਣ ਦਾ ਫੌਜੀ ਜਿਵੇਂ ਆਲਵੇਜ਼ ਤੁਸੀਂ ਦੇਖਿਆ ਕਿ ਫੌਜੀ ਬਾਰਡਰ ਦੇ ਉੱਤੇ ਕੰਮ ਕਰਦੇ ਨੇ, ਦੇਸ਼ ਦੀ ਰੱਖਿਆ ਕਰਦੇ ਨੇ, ਹੈ ਨਾ। ਤਾਂ ਕਿਤੇ ਨਾ ਕਿਤੇ ਇਹ ਰਿਐਲਿਟੀ ਹੈ ਕਿ ਕਿਸੇ ਔਰਤ ਦੀ ਫੀਲਿੰਗ ਹੈ, ਉਹ ਇੱਕ ਔਰਤ ਦੀ ਫੀਲਿੰਗ ਆ, ਉਹ ਕਿਸੇ ਨਾਲ ਅਗਰ ਉਸ ਰਿਸ਼ਤੇ ਦੇ ਵਿੱਚ ਚਲੀ ਗਈ, ਉਹ ਫੀਲਿੰਗ ਉਹ ਉਵੇਂ ਦੀ ਸੀਗੀ, ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਗੁੱਸੇ ਵਾਲੀ ਤੱਤੀ ਵਾਲੀ ਫੀਲਿੰਗ ਨਹੀਂ ਸੀ, ਇਹ ਫੀਲਿੰਗ ਉਹੀ ਦਰਸਾਈ ਗਈ ਇਸ ਕੈਰੈਕਟਰ ਇਸ ਸੀਨ ਦੇ ਵਿੱਚ। ਪਰ ਇਹ ਸੀਗਾ ਕਿ ਇਹ ਇੱਕ ਰਿਐਲਿਟੀ ਹੈ। ਮੈਂ ਉਹਨਾਂ ਫੌਜੀ ਵੀਰਾਂ ਨੂੰ ਵੀ ਇਹੀ ਕਿਹਾ ਸੀਗਾ ਕਿ ਅਗਰ ਆਪਾਂ ਰੀਅਲ ਲਾਈਫ ਦੇ ਵਿੱਚ ਕਦੇ ਵੀ ਮੈਂ ਜਾਂਦੀ ਹਾਂ ਨਾ, ਤਾਂ ਬਹੁਤ ਸਾਰੇ ਫੌਜੀ ਸਾਨੂੰ ਕਮੈਂਟਸ ਵੀ ਕਰਦੇ ਆ, ਬਹੁਤ ਸਾਰੇ ਫੌਜੀ ਸਾਨੂੰ ਕਈ ਵਾਰੀ ਉਹਦਾ ਹੁੰਦਾ, ਔਰ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਕਿ ਅਗਰ ਆਪਾਂ ਦੇਖੀਏ ਤਾਂ ਫੌਜੀਆਂ ਦੇ ਨਾਲ ਫੌਜਣਾਂ ਦੀਆਂ ਰਿਲੇਟ ਜਿਹੜੀਆਂ ਗੱਲਾਂ ਹੈਗੀਆਂ ਆ ਉਹ ਆਪਾਂ ਪਬਲਿਕਲੀ ਨਹੀਂ ਉਹ ਦੱਸਦੇ ਹੈਗੇ, ਹੈ ਨਾ। ਸੋ ਫਿਲਮ ਦੇ ਵਿੱਚ ਇੱਕ ਜ਼ਰੀਆ ਸੀਗਾ ਉਸ ਚੀਜ਼ ਨੂੰ ਦਰਸਾਉਣ ਦਾ, ਉਸ ਕੈਰੈਕਟਰ ਨੂੰ ਪਲੇ ਕਰਨ ਦਾ, ਤਾਂ ਉਹ ਕੋਈ ਨਿੱਜੀ ਜ਼ਿੰਦਗੀ ਦੇ ਨਾਲ ਰਿਲੇਟ ਨਹੀਂ, ਮਤਲਬ ਆਪਾਂ ਕਹਿ ਨਹੀਂ ਸਕਦੇ ਵੀ ਕਿਸੇ ਦੀ ਕਿਸੇ ਨੂੰ ਪਰਸਨਲ ਲੈ ਕੇ ਆਪਾਂ ਉਹ ਇੱਕ ਟਾਰਗੇਟ ਕੀਤਾ ਸੀਗਾ, ਉਹ ਇੱਕ ਰੀਅਲ ਲਾਈਫ ਦੇ ਵਿੱਚ ਇੱਕ ਵੁਮੈਨ ਆ, ਔਰਤ ਆ, ਉਹਦਾ ਇੱਕ ਰਿਸ਼ਤਾ ਬਣ ਗਿਆ ਪਿੰਡ ਦੇ ਕਿਸੇ ਮਰਦ ਦੇ ਨਾਲ, ਤਾਂ ਉਹ ਅਲੱਗ ਇੱਕ ਚੀਜ਼ ਸੀ। ਸੋ ਉਹ ਕੈਰੈਕਟਰ ਸੀਗਾ, ਉਹ ਕੈਰੈਕਟਰ ਸੀ, ਤੁਸੀਂ ਕੈਰੈਕਟਰ ਪਲੇ ਕਰ ਦਿੱਤਾ। ਮੈਂ ਇਹ ਕਹਿੰਦੀ ਹਾਂ ਕਿ ਫੌਜਰ, ਉਹ ਇੱਕ ਫੌਜਰ ਸੀਗੀ, ਉਹ ਐਕਚੁਅਲੀ ਮੂਵੀ ਦੀ ਇੱਕ ਡਿਮਾਂਡ ਸੀ, ਉਹ ਕੈਰੈਕਟਰ ਦੀ ਡਿਮਾਂਡ ਸੀ, ਔਰ ਕੈਰੈਕਟਰ ਦੇ ਵਿੱਚ ਤੁਸੀਂ ਜੋ ਵੀ ਕਰਦੇ ਹੋ ਉਹ ਆਪਣੇ ਰੀਅਲ ਲਾਈਫ ਦੇ ਨਾਲ ਕਿਤੇ ਵੀ ਜੁੜਿਆ ਨਹੀਂ ਹੁੰਦਾ, ਜਾਂ ਕਿਤੇ ਅਗਰ ਰਿਲੇਟ ਵੀ ਹੁੰਦਾ ਤਾਂ ਉਹ ਇੱਕ ਕਹਾਣੀ ਹੈ, ਕਹਾਣੀ ਦਾ ਪਾਤਰ ਹੈ ਜੀ। ਸੋ ਮੈਮ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੀਆਂ ਸਾਰੀਆਂ ਗੱਲਾਂ ਵਰਤਾਂ ਕੀਤੀਆਂ, ਇੰਨਾ ਸਾਰਾ ਸਾਨੂੰ ਟਾਈਮ ਦਿੱਤਾ। ਸੋ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਦੇਣ, ਤੁਸੀਂ ਇੱਦਾਂ ਹੀ ਅੱਗੇ ਵੱਧਦੇ ਜਾਓ, ਔਰ ਆਉਣ ਵਾਲੇ ਵਕਤ ਦੇ ਵਿੱਚ ਹੋਰ ਮੂਵੀਜ਼ ਕਰੋ, ਤੁਹਾਡੇ ਸਾਰੇ ਸੁਪਨੇ ਪੂਰੇ ਹੋਣ। ਸੋ ਫਿਰ ਮਿਲਾਂਗੇ ਕਦੇ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਖੱਟੀਆਂ ਮਿੱਠੀਆਂ ਯਾਦਾਂ ਪ੍ਰੋਗਰਾਮ ਦੇ ਵਿੱਚ ਅੱਜ ਸੀ ਮੇਰੇ ਨਾਲ ਬਹੁਤ ਹੀ ਖੂਬਸੂਰਤ ਅਦਾਕਾਰ ਸਿਮਰਨ ਸਹਿਜਪਾਲ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਨਾਲ, ਉਹਨਾਂ ਦੀ ਪਰਸਨਲ ਲਾਈਫ ਦੇ ਬਾਰੇ ਦੇ ਵਿੱਚ, ਅਤੇ ਉਹਨਾਂ ਦੀ ਫਿਲਮੀ ਲਾਈਫ ਦੇ ਬਾਰੇ ਦੇ ਵਿੱਚ, ਫਿਲਮੀ ਸਫ਼ਰ ਦੇ ਬਾਰੇ ਦੇ ਵਿੱਚ। ਅਤੇ ਇੱਦਾਂ ਹੀ ਕਿਸੇ ਹੋਰ ਫਨਕਾਰ, ਕਿਸੇ ਹੋਰ ਕਲਾਕਾਰ ਅਤੇ ਕਿਸੇ ਹੋਰ ਅਦਾਕਾਰ ਦੇ ਨਾਲ ਤੁਹਾਡੀ ਨਜ਼ਰ ਹੋਵਾਂਗੀ, ਤੁਹਾਡੇ ਸਾਰਿਆਂ ਦੇ ਨਾਲ ਮੁਲਾਕਾਤ ਕਰਵਾਵਾਂਗੀ। ਤਦ ਤੱਕ ਮੈਨੂੰ ਅਮਨ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।